ਪ੍ਰੋਗਰਾਮ ਉਹੀ ਹੈ ਜੀ ਪ੍ਰਾਈਮ ਫੋਕਸ, ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਨਾਲ ਨੇ ਪਰਮੀਤ ਸਿੰਘ ਬਾਠੋਰੀ। ਕੀ ਹਾਲ ਬਾਤ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਾਰਾਜ। ਗੱਲ ਇਹ ਹੈ ਵੀ ਅੱਜ ਜਿਹੜਾ ਪੂਰਨੇ ਪਾਉਣ ਵਾਲੀਆਂ ਬਿੰਦੀਆਂ ਹੁੰਦੀਆਂ ਨਿਆਣਿਆਂ ਦਿੱਤੀਆਂ, ਇਹ ਝੱਗਾ ਕਿਉਂ ਪਾਇਆ? ਵੀ ਕੀ ਗੱਲ, ਦੁਬਾਰਾ ਪੂਰਨੇ ਪਾਉਣੇ ਕੋਈ ਅੱਜ? ਨਹੀਂ ਸੰਧਾਲੀਆ ਸਾਹਿਬ, ਜੇ ਤਾਂ ਸੱਚ ਦੱਸਾਂ, ਅੱਗੇ ਕਦੇ ਰੋਜ਼ ਝੂਠ ਮਾਰਦੇ ਨੇ, ਸੱਚ ਹੀ ਦੱਸਣਾ। ਕੱਲ੍ਹ ਐਤਵਾਰ ਸੀ, ਇੱਕ ਪ੍ਰੋਗਰਾਮ ਸੀ, ਤੁਸੀਂ ਨਾਲ ਸੀ, ਇੱਕ ਕੱਲ੍ਹ ਵੀ ਪਾਇਆ ਸੀ, ਅਤੇ ਤੁਹਾਡੇ ਵਰਗੇ ਤੁਸੀਂ ਜਾ ਕੇ ਲਾ ਕੇ ਸਿਰ ਦੇਣਾ ਹੁੰਦਾ ਧੋਣ ਨੂੰ। ਸਾਨੂੰ ਹੁੰਦਾ ਕਿ ਦੋ ਤਿੰਨ ਵਾਰੀ ਪੈ ਜਾਏ, ਉਹ ਤੋਂ ਬਾਅਦ ਧੋਈਏ, ਇੱਕ ਸਾਬਣ ਬਚੂ, ਦੂਜਾ ਜਿੰਨੇ ਧੋ ਪੈ ਗਏ ਉਨੀ ਛੇਤੀ ਪਾਟਣਾ ਇੰਨੇ, ਇਹ ਤਾਂ ਪਾਇਆ। ਦੱਸ, ਮਤਲਬ ਐਵੇਂ ਨਜਾਇਜ਼? ਨਹੀਂ ਨਜਾਇਜ਼ ਨਹੀਂ, ਗੱਲ ਸਹੀ ਆ। ਗੱਲ ਤਾਂ ਮੈਂ ਪੂਰਨਿਆਂ ਦੀ ਕੀਤੀ ਵੀ, ਜਿਹੜੇ ਝੱਗੇ ਦੇ ਪੂਰਨੇ ਨੇ। ਨਹੀਂ ਨਹੀਂ, ਇਹ ਝੱਗਾ ਠੀਕ ਆ, ਫਿੱਟ ਆ ਜਾਣੀ, ਇਹ ਚੰਗਾ ਲੱਗਦਾ ਪਾਇਆ। ਫਿੱਟ ਤਾਂ ਮੇਰੇ ਵੀ ਆ ਜਿਹੜਾ ਮੈਂ ਪਾਇਆ। ਇਹ ਤੁਸੀਂ ਮਹਾਰਾਜ ਇਹਦੇ ਵਿੱਚ ਜਾਣੀ ਦੋ ਤਿੰਨ ਬੰਦੇ ਪਹਿਲਾਂ ਝੱਗਾ ਫੜ ਕੇ ਰੱਖਦੇ, ਤੁਸੀਂ ਦੌੜ ਕੇ ਆ ਕੇ ਵਿੱਚ ਵੜਦੇ ਹੋ, ਫਿਰ ਜਿੰਨੇ ਕੁ ਰਹਿ ਜਾਂਦੇ ਹੋ ਫਿਰ ਜੋਕੀ ਦੇ ਆਨੇ। ਵੈਸੇ ਚਲੋ ਫਿਟਿੰਗ ਵੀ ਕਈ ਤਰ੍ਹਾਂ ਦੀ ਹੁੰਦੀ ਨਾ, ਅੱਜ ਕੱਲ੍ਹ ਤਾਂ ਕਈ ਫਿਟਿੰਗ ਵੇਖੀ ਦੀ ਆ, ਬੰਦੇ ਨੂੰ ਐਂ ਲੱਗਦਾ ਇਹ ਖਾਣੀ ਵਿੱਚ ਪੈ ਗਏ, ਝੱਗਾ ਯਾਰ ਕਮਾਲ ਹੋ ਗਈ। ਚਲੋ ਆਪਾਂ ਆਪਣੀਆਂ ਗੱਲਾਂ ਘੱਟ ਕਰੀਏ, ਆਪਾਂ ਕਰੀਏ ਹੁਣ ਇਹ ਗੱਲਾਂ ਕਿ ਦਿੱਲੀ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣੇ ਆ, ਅਜੇ ਤੱਕ ਉਹਨਾਂ ਦੇ ਨਾਂ ਨਾਲ ਨਹੀਂ ਸੀ ਲੱਗਾ, ਪਰ ਹੁਣ ਅੱਜ ਤੋਂ ਲੱਗ ਜੂਗਾ ਸਾਬਕਾ ਜੀ। ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਅੱਜ ਸ਼ਾਮ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਕਹਿ ਸਕਦੇ ਹਾਂ ਜੀ, ਉਹ ਇੱਕ ਤਰ੍ਹਾਂ ਨਾਲ ਦਿੱਲੀ ਦੇ ਲੋਕਾਂ ਨੂੰ ਦੇ ਕੇ, ਅਤੇ ਆਪ ਉਹ ਆਉਂਦੇ ਵੀ ਮੈਂ ਕੁਰਸੀ ਤੋਂ ਲਾਂਭੇ ਹੋ ਜਾਣਾ, ਦੁਬਾਰਾ ਫਤਵੇ ਦੀ ਉਡੀਕ ਕਰਨੀ। ਹੁਣ ਇਹ ਚਰਚਾ ਬੜੀ ਹੈ ਇਸ ਚੀਜ਼ ਨੂੰ ਲੈ ਕੇ ਵੀ ਇਹ ਸਕੀਮ ਆ, ਇਹ ਕੋਈ ਨੀਤੀ ਆ, ਇਹ ਕੋਈ ਅਦਾਲਤੀ ਘੁੰਡੀ ਦਾ ਰਾਹ ਆ, ਜਾਂ ਫਿਰ ਵੈਸੇ ਹੀ ਬੰਦਾ ਭਾਵੁਕ ਹੋ ਗਿਆ ਵੀ ਯਾਰ ਜੇ ਕੰਮ ਹੀ ਨਹੀਂ ਇਹਨਾਂ ਨੇ ਕਰਨ ਦੇਣਾ, ਤਾਂ ਆ ਲਓ ਮੈਂ ਕੁਰਸੀ ਛੱਡੀ, ਲੋਕ ਮੈਨੂੰ ਫਿਰ ਕਹਿਣਗੇ ਵੀ ਤੁਸੀਂ ਕੰਮ ਕਰੋ ਤਾਂ ਮੈਂ ਫਿਰ ਬਹੁ ਕੁਰਸੀ 'ਤੇ। ਸੰਧਾਲੀਆ ਸਾਹਿਬ, ਸਿਆਸਤ ਸਕੀਮਾਂ ਦੀ ਖੇਡ ਦਾ ਨਾਂ ਹੀ ਆ। ਜੇ ਆਪਾਂ ਕਹੀਏ ਕਿ ਸਿਆਸਤ ਸੇਵਾ ਆ, ਤਾਂ ਪੰਜਾਬ ਦੇ ਵਿੱਚ ਕੋਈ ਸਮੱਸਿਆ ਨਹੀਂ ਸੀ ਹੋਣੀ, ਕਿਉਂਕਿ ਪੰਜਾਬ ਦੇ ਵਿੱਚ ਸਿਆਸਤ 'ਚ ਸੇਵਾ ਸ਼ਬਦ ਬਹੁਤ ਪਹਿਲਾਂ ਇੱਕ ਵਾਰੀ ਆ ਗਿਆ ਸੀ ਕਿ ਅਸੀਂ ਸੇਵਾ ਕਰਨੀ ਹੈ। ਹਾਂ, ਫਿਰ ਪੰਜਾਬ ਦੇ ਵਿੱਚ ਨਾ ਕੋਈ ਧਰਨਾ ਲੱਗਣਾ ਸੀ, ਨਾ ਕੋਈ ਮੁਜ਼ਾਹਰਾ ਹੋਣਾ ਸੀ, ਨਾ ਕੋਈ ਕੱਚਾ ਕਰਮਚਾਰੀ ਭਰਤੀ ਹੋਣਾ ਸੀ। ਆਪਾਂ ਦਿੱਲੀ ਚੱਲਦੇ ਗੱਲ ਤੁਸੀਂ ਉੱਥੋਂ ਸ਼ੁਰੂ ਕੀਤੀ, ਲੱਗੀ ਸਕੀਮ ਹੀ ਆ, ਅਤੇ ਸਕੀਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਅਸੀਂ ਨਹੀਂ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਮੁੱਖ ਮੰਤਰੀ ਬਣ ਕੇ ਕੋਈ ਚੰਗਾ ਕੰਮ ਨਹੀਂ ਕੀਤਾ, ਕੰਮ ਕੀਤੇ ਹੋਣੇ ਤਾਂ ਲੋਕਾਂ ਨੇ ਤਿੰਨ ਵਾਰੀ ਲਗਾਤਾਰ ਬੰਦਾ ਬਣਾਇਆ, ਅਤੇ ਅਗਲੀ ਵਾਰ ਨਹੀਂ ਬਣਾਇਆ, ਬੰਦਾ ਮੁੱਖ ਮੰਤਰੀ ਬਣਾਇਆ, ਕਿਉਂਕਿ ਪੰਜਾਬੀ 'ਚ ਬੰਦਾ ਬਣਾਉਣ ਦਾ ਮਤਲਬ ਹੋਰ ਹੁੰਦਾ ਨਾ। ਅਤੇ ਚੌਥੀ ਵਾਰੀ ਲਈ ਪੂਰੇ ਮੁਕਾਬਲੇ 'ਚ, ਜਾਣੀ ਇੱਕ ਬੰਦਾ ਇਹ ਕਹਿ ਕੇ ਅਸਤੀਫਾ ਦਿੰਦਾ ਕਿ ਜੇ ਅਗਲੀ ਵਾਰੀ ਦਿੱਲੀ ਦੇ ਲੋਕ ਚੁਣਨਗੇ ਤਾਂ ਮੈਂ ਮੁੱਖ ਮੰਤਰੀ ਬਣੂੰਗਾ, ਇਹਦਾ ਮਤਲਬ ਉਹਨਾਂ ਨੂੰ ਆਸ ਪੂਰੀ ਹੈ। ਹੁਣ ਪਰ ਇਹ ਵੀ ਗੱਲ ਹੈ ਕਿ ਜੇ ਆਪਾਂ ਕਹੀਏ ਕਿ ਇਹ ਸਕੀਮ ਨਹੀਂ ਹੈਗੀ, ਸਕੀਮ ਤਾਂ ਹੈਗੀ ਹੈ, ਕਿਉਂਕਿ ਜੇ ਸਕੀਮ ਨਾ ਹੁੰਦੀ ਤਾਂ ਦਿੱਲੀ ਦੇ ਵਿੱਚ ਵੀ ਅਤੇ ਦਿੱਲੀ ਤੋਂ ਬਾਹਰ ਵੀ ਆਮ ਆਦਮੀ ਪਾਰਟੀ ਨੇ, ਕਿਉਂਕਿ ਕ੍ਰਾਂਤੀਕਾਰੀ ਸ਼ਬਦ ਭਾਰਤ ਦੀ ਰਾਜਨੀਤੀ ਦੇ ਵਿੱਚ ਪਿਛਲੇ ਤਿੰਨ ਦਹਾਕਿਆਂ 'ਚ ਉਹੀ ਲੈ ਕੇ ਆਏ ਆ, ਇਮਾਨਦਾਰ ਅਤੇ ਕੱਟੜ ਇਮਾਨਦਾਰ ਸ਼ਬਦ ਉਹੀ ਆਮ ਆਦਮੀ ਪਾਰਟੀ ਵਾਲੀ ਲੈ ਕੇ ਆਏ ਆ। ਜੇ ਇੱਦਾਂ ਹੁੰਦੀ ਤਾਂ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਜਿਹੜੇ ਜਿਹੜੇ ਵੀ ਸੂਬੇ ਦੇ ਵਿੱਚ, ਚਾਹੇ ਉਹ ਗੋਆ ਅਤੇ ਆਪਾਂ ਗੁਜਰਾਤ ਵੀ ਲੈ ਆਉਂਦੇ ਜਿੱਥੇ ਇਹਨਾਂ ਦੇ MLA ਆ, ਜਿੱਥੇ ਕਿਤੇ ਵੀ ਇਹਨਾਂ ਨੇ ਚੋਣਾਂ ਲੜੀਆਂ, ਅਤੇ ਉੱਥੇ ਦਿਹਾੜੀਦਾਰ ਮਜ਼ਦੂਰ, ਰਿਕਸ਼ਾ ਚਲਾਉਣ ਵਾਲਾ, ਫੈਕਟਰੀ ਦੇ ਵਿੱਚ ਲੋਹਾ ਕੁੱਟਣ ਵਾਲਾ, ਇੱਦਾਂ ਦੇ ਬੰਦੇ ਹੀ ਇਹਨਾਂ ਦੇ ਪਾਰਟੀ ਦੇ ਲੀਡਰ ਹੋਣੇ ਸੀ, ਅਤੇ ਉਹਨਾਂ ਨੂੰ ਹੀ ਟਿਕਟਾਂ ਮਿਲਣੀਆਂ ਸੀ। ਟਿਕਟਾਂ ਤਾਂ ਬਹੁਤੀਆਂ ਮਿਲਦੀਆਂ ਹੁਣ ਦੂਸਰੀਆਂ ਪਾਰਟੀਆਂ 'ਚੋਂ ਆਇਆ ਬੰਦਿਆਂ ਨੂੰ, ਤਾਂ ਫਿਰ ਆਪਾਂ ਸਿਆਸੀ ਤੌਰ ਦੇ ਉੱਤੇ ਸਕੀਮ ਜੇ ਇਹਨੂੰ ਨਹੀਂ ਕਹਾਂਗੇ ਤਾਂ ਉਹ ਗਲਤ ਹੋਊਗਾ। ਹਾਂ, ਇਹਦੇ ਵਿੱਚ ਦਿੱਲੀ ਦੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਦੇ ਦੋ ਚਾਰ ਫਾਇਦੇ ਹੋ ਜਾਣ, ਤਾਂ ਸਕੀਮਾਂ ਸਾਰੇ ਲਾਉਂਦੇ ਇਹ ਵੀ ਲਾਈ ਜਾਣ। ਬਿਲਕੁਲ। ਹੁਣ ਅੱਜ ਉਪ ਰਾਜਪਾਲ ਸਾਹਿਬ ਨੂੰ ਇਹਨਾਂ ਨੇ ਮਿਲਣਾ,
ਤੈਅ ਕੀਤੇ ਗਿਆ ਸਮੇਂ ਦੇ ਮੁਤਾਬਕ ਅਸਤੀਫਾ ਇਹਨਾਂ ਨੇ ਦੇ ਦੇਣਾ। ਉਹਨਾਂ ਨੇ ਮੂਹਰੇ ਅਸਤੀਫਾ ਮਨਜ਼ੂਰ ਕਰਕੇ ਕਹਿ ਦੇਣਾ ਕਿ ਭਾਈ ਉਨੀ ਦੇਰ ਤੁਸੀਂ ਕੰਮ ਕਾਰ ਸਾਂਭੀ ਰੱਖਿਓ ਜਿੰਨੀ ਦੇਰ ਨਵਾਂ ਮੁੱਖ ਮੰਤਰੀ ਸਹੁੰ ਨਹੀਂ ਚੁੱਕਦਾ। MLA ਇਹਨਾਂ ਦੇ ਕੋਲ ਇੰਨੇ ਨੇ ਕਿ ਕਿਸੇ ਹੋਰ ਪਾਰਟੀ ਨੇ ਦਾਅਵਾ ਵੀ ਨਹੀਂ ਕਰਨਾ ਸਰਕਾਰ ਦਾ। ਅੱਜ ਹੀ ਉਮੀਦ ਆ ਕਿ ਇਹਨਾਂ ਦੇ ਵਿਧਾਨਕ ਦਲ ਦੀ ਚੋਣ ਹੋ ਜਾਣੀ ਆ ਅਤੇ ਉਹਦੇ ਵਿੱਚ ਤੁਸੀਂ ਵੈਸੇ ਇਹ ਆਖਿਆ ਸੀ ਕਿ ਕੇਜਰੀਵਾਲ ਸਾਹਿਬ ਆਪਣੇ ਉੱਤਰਾਧਿਕਾਰੀ ਚੁਣਨਗੇ, ਹੋਣਾ ਇੱਦਾਂ ਹੀ ਹੈ, ਪਰ ਕਿਹਾ ਇੱਦਾਂ ਜਾਣਾ ਕਿ ਵਿਧਾਇਕ ਦਲ ਨੇ ਸਰਬਸੰਮਤੀ ਦੇ ਨਾਲ ਇਸ ਬੰਦੇ ਨੂੰ ਆਪਣਾ ਲੀਡਰ ਚੁਣਿਆ ਨਹੀਂ, ਗੱਲ ਠੀਕ ਆ। ਦੇਖੋ ਇੱਕ ਗੱਲ ਤਾਂ ਪੱਕੀ ਆ, ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਿ ਵੀ ਇੱਕ ਗੱਲੋਂ ਜਿਹੜੇ ਜਗਿਆਸੂ ਲੋਕ ਨੇ ਜਿਹਨਾਂ ਨੂੰ ਲੱਗਦਾ ਵੀ ਅਸੀਂ ਰਾਜਨੀਤੀ ਦੀ ਥੋੜ੍ਹੀ ਬਹੁਤ ਸਮਝ ਰੱਖਣੀ ਹੈ, ਉਹਨਾਂ ਲਈ ਇੱਕ PhD ਕਰਨ ਦਾ ਮੈਨੂੰ ਲੱਗਦਾ ਵੀ ਵਧੀਆ ਸੋਰਸ ਹੈ। ਕਿਉਂਕਿ ਤੁਸੀਂ ਦੇਖੋ ਵੀ ਕਿਵੇਂ ਪੋਲੀਟੀਕਲ ਪਾਰਟੀਆਂ ਬਣਦੀਆਂ, ਫਿਰ ਉਹ ਪੋਲੀਟੀਕਲ ਪਾਰਟੀਆਂ 'ਚ ਲੀਡਰ ਆਉਂਦੇ ਨੇ, ਫਿਰ ਲੀਡਰ ਕਿਵੇਂ ਇੱਕ ਦੂਜੇ 'ਤੇ ਦੋਸ਼ ਲਾ ਕੇ ਛੱਡਦੇ ਨੇ, ਫਿਰ ਉਹ ਕੁਛ ਖਿਲਰ ਜਾਂਦੇ ਨੇ, ਕੁਛ ਇਕੱਠੇ ਹੋ ਜਾਂਦੇ ਨੇ, ਪਾਰਟੀਆਂ ਜੋ ਕਹਿ ਕੇ ਤੁਰਦੀਆਂ ਨੇ, ਫਿਰ ਉਹ ਹੌਲੀ ਹੌਲੀ ਉਹਨਾਂ ਰਾਹਾਂ ਤੋਂ ਕਿਵੇਂ ਭਟਕਦੀਆਂ ਨੇ, ਇਹ ਸਾਰਾ ਕੁਛ ਆਮ ਆਦਮੀ ਪਾਰਟੀ ਉਸ ਪਾਸੇ ਤੁਰ ਰਹੀ ਹੈ। ਹੁਣ ਦੇਖੋ ਇੱਕ ਚੱਕਰ ਮੇਰਾ ਖਿਆਲ ਹਾਈ ਕਮਾਂਡ ਕਲਚਰ ਸੀਗਾ ਬਾਕੀ ਪੋਲੀਟੀਕਲ ਪਾਰਟੀਆਂ 'ਚ ਚੱਲਦਾ ਸੀ, ਖਾਸ ਕਰਕੇ ਕਾਂਗਰਸ 'ਤੇ ਦੋਸ਼ ਲੱਗਦੇ ਹੁੰਦੇ ਸੀ ਐਜ਼ ਏ ਨੈਸ਼ਨਲ ਪਾਰਟੀ। ਬਾਕੀ ਵੀ ਜਿੰਨੀਆਂ ਕੁ ਪਾਰਟੀਆਂ ਦੇਸ਼ 'ਚ ਆਪਾਂ ਦੇਖਦੇ ਹਾਂ, ਭਾਵੇਂ ਕੋਈ ਨੈਸ਼ਨਲ ਪਾਰਟੀਆਂ ਨੇ ਜਾਂ ਕਹਿ ਲਓ ਖੇਤਰੀ ਪਾਰਟੀਆਂ ਨੇ, ਉਹਨਾਂ 'ਤੇ ਪਰਿਵਾਰਵਾਦ ਦਾ ਛੱਪਾ ਹੈਗਾ ਵੀ ਯਾਰ ਉਹ ਪਰਿਵਾਰ ਹੀ ਹੈ। ਜੇ ਮੰਨ ਲਓ ਹਰਿਆਣੇ ਲਾ ਲਓ, ਚੁਟਾਲਿਆਂ ਦੀ ਗੱਲ ਲਾ ਲਓ, ਅਤੇ ਉਹ ਤੋਂ ਬਾਅਦ ਤੁਸੀਂ ਜਾ ਨਹੀਂ ਸਕਦੇ। ਅਕਾਲੀ ਦਲ ਦੀ ਗੱਲ ਕਰ ਲਓ ਤਾਂ ਉਹ ਕਹਿੰਦੇ ਵੀ ਬਾਦਲਾਂ ਤੋਂ ਬਿਨਾਂ ਗੱਲ ਕੋਈ ਨਹੀਂ। ਲਾਲੂ ਪ੍ਰਸਾਦ ਦਾ ਟੱਬਰ ਕਿਹੜਾ ਬਾਹਰ ਹੋ ਗਿਆ, ਨਿਤੀਸ਼ ਕੁਮਾਰ ਹੁਣ ਕਿਹੜਾ ਬਾਹਰ ਹੋ ਗਏ, ਜੇ ਉਹ ਮਮਤਾ ਬੈਨਰਜੀ ਦੀ ਗੱਲ ਕਰ ਲਈ ਉਹ ਵੀ ਕਿਤੇ ਨਹੀਂ ਗਿਆ, ਹੈ ਨਾ। ਮਤਲਬ ਸਾਰੇ ਥਾਵਾਂ ਦੇ ਉੱਪਰ ਕਿਤੇ ਨਾ ਕਿਤੇ ਆਪਾਂ ਨੂੰ ਠਾਕਰੇ ਪਰਿਵਾਰ ਦੀ ਗੱਲ ਕਰ ਲਓ, ਪਰਿਵਾਰ ਹੈਗੇ ਆ। ਅਤੇ ਲੱਗਦਾ ਕਿ ਵੀ ਹੁਣ ਸ਼ਾਇਦ ਉਸੇ ਤਰ੍ਹਾਂ ਦਾ ਹਾਈਕਮਾਨ ਕਲਚਰ ਜਿਹੜਾ ਉਹ ਸ਼ਾਇਦ ਆਮ ਆਦਮੀ ਪਾਰਟੀ 'ਚ ਵੀ ਦੇਖਣ ਨੂੰ ਮਿਲੇਗਾ। ਕਿਉਂਕਿ ਗੱਲ ਇਹ ਹੈ ਨਾ ਵੀ ਜੇ ਸਾਰੀਆਂ ਤਾਕਤਾਂ ਪ੍ਰਧਾਨ ਜੀ ਕੋਲ ਹੀ ਚੱਲ ਗਈਆਂ ਐਜ਼ ਏ ਕੇਜਰੀਵਾਲ ਸਾਹਿਬ, ਅਤੇ ਉਹ ਕਹਿਣ ਨੂੰ ਵਿਧਾਇਕ ਦਲ ਵਾਲਿਆਂ ਨੇ ਆਪਣਾ ਕੋਈ ਨੇਤਾ ਚੁਣ ਲਿਆ ਕਹਿਣ ਨੂੰ, ਅਤੇ ਅੱਗੋਂ ਇਹਨਾਂ ਨੇ ਕਹਿਤਾ ਵੀ ਹਾਂਜੀ ਇਹ ਨੇਤਾ ਜੀ ਹੋਣਗੇ ਜਾਂ ਇੱਦਾਂ ਹੋਣਗੇ, ਅਤੇ ਉਸ ਤੋਂ ਬਾਅਦ ਉਹ ਜਿਹੜੇ ਵੀ ਮੁੱਖ ਮੰਤਰੀ ਬਣਨਗੇ ABCD ਉਹ ਫਿਰ ਪਾਰਟੀ ਸੁਪਰੀਮੋ ਨੂੰ ਪੁੱਛ ਕੇ ਚੱਲਣਗੇ। ਆਪਾਂ ਕਲੀਅਰ ਕਰ ਦਈਏ ਕਿ ਜੇ ਅੱਜ ਐਜ਼ ਏ ਮੁੱਖ ਮੰਤਰੀ ਐਜ਼ ਏ CM ਕੇਜਰੀਵਾਲ ਸਾਹਿਬ ਅਸਤੀਫਾ ਦੇ ਦਿੰਦੇ ਤਾਂ ਉਹ ਸਿਰਫ ਇੱਕ MLA ਨੇ ਜੀ, ਸਿਰਫ ਪਾਵਰ ਉਹਨਾਂ ਕੋਲ ਇੱਕ MLA ਦੀ ਆ, ਜਿੱਦਾਂ ਦੇ ਬਾਕੀ 66 ਹੋਣਗੇ। ਹੁਣ ਜੇ ਮੰਨ ਲਓ ਵੀ ਇੱਕ MLA ਦੇ ਤੌਰ 'ਤੇ ਇੱਕ ਮੁੱਖ ਮੰਤਰੀ ਨੂੰ ਪੁੱਛਣਾ ਤਾਂ ਬਣਦਾ ਨਹੀਂ, ਪਰ ਹਾਂ ਪਾਰਟੀ ਸੁਪਰੀਮੋ ਦੇ ਤੌਰ 'ਤੇ ਤਾਂ ਆਪਾਂ ਕਲਚਰ ਕਈਆਂ ਥਾਵਾਂ 'ਤੇ ਦੇਖਿਆ। ਅਤੇ ਜੇ ਉਹ ਕਲਚਰ ਇੱਥੇ ਵੀ ਆ ਗਿਆ ਤਾਂ ਜਿੱਦਾਂ ਮੈਂ ਗੱਲ ਕੀਤੀ ਕਿ ਵੀ 10 ਕੁ ਸਾਲਾਂ ਦੇ ਵਿੱਚ ਪਾਰਟੀ ਨੇ ਲਗਭਗ ਉਹ ਸਾਰਾ ਕੁਛ ਲੋਕਾਂ ਨੂੰ ਦੱਸ ਹੀ ਦਿੱਤਾ ਕਿ ਪਾਰਟੀ ਬਣਦੀ ਕਿੱਦਾਂ ਅਤੇ ਹੌਲੀ ਹੌਲੀ ਹਾਈਕਮਾਨ ਕਲਚਰ 'ਚ ਕਿੱਦਾਂ ਜਾਂਦੀ। ਦੇਖੋ ਸੰਧਾੜੀਆ ਸਾਹਿਬ, ਜਿੰਨੀ ਮਜ਼ਬੂਤ ਪਕੜ ਭਾਜਪਾ ਦੀ ਜਾਂ ਕਾਂਗਰਸ ਦੀ ਹਾਈਕਮਾਂਡ ਦੀ ਹੈ ਆਪਣੇ ਵਰਕਰਾਂ 'ਤੇ, ਸਟੇਟ ਲੀਡਰਸ਼ਿਪ 'ਤੇ, ਉਹਦੇ ਤੋਂ ਪੂਰਾ ਵੱਧ ਮਜ਼ਬੂਤ ਪਕੜੀ ਇਹਨਾਂ ਦੀ ਹੈ। ਕਿਉਂਕਿ ਅਸੀਂ ਕਦੇ ਨਹੀਂ ਇੱਦਾਂ ਦੇਖਿਆ ਕਿ ਵਿਧਾਨ ਸਭਾ ਦੇ ਵਿੱਚ ਟਿਕਟ ਦੇਣ ਲੱਗੀਆਂ, ਉੱਥੇ ਵੋਟਾਂ ਪਵਾਈਆਂ, ਹੁਣ ਵਲੰਟੀਅਰਾਂ 'ਤੇ ਜਿੱਦਾਂ ਕਹਿੰਦੇ ਅਸੀਂ ਪਹਿਲਾਂ ਲਿਸਟ ਹੀ ਆਉਂਦੀ ਹੈ ਅਤੇ ਲਿਸਟ ਨੂੰ ਪ੍ਰਵਾਨ ਕੀਤਾ ਜਾਂਦਾ। ਨੰਬਰ 2, ਇੱਥੇ ਇੱਕ ਗੱਲ ਦੇਖਣ ਵਾਲੀ ਆ, 3 ਬੰਦਿਆਂ ਦੇ ਨਾਂ ਚਰਚਾ ਦੇ ਵਿੱਚ ਨੇ, ਆਤਿਸ਼ੀ ਬੀਬੀ ਜੀ ਕੈਬਨਿਟ ਮਿਨਿਸਟਰ ਨੇ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਊ, ਇੱਕ ਵਿੱਚ ਵਿੱਚ ਚਰਚਾ ਚੱਲਦੀ ਹੈ ਸੁਨੀਤਾ ਕੇਜਰੀਵਾਲ ਨੂੰ ਬਣਾਇਆ ਜਾਊ, ਇੱਕ ਨਾਮ ਹੈ ਕੈਲਾਸ਼ ਗਹਿਲੋਤ ਦਾ। ਮੈਨੂੰ ਨਹੀਂ ਲੱਗਦਾ ਕਿ ਬੀਬੀ ਸੁਨੀਤਾ ਕੇਜਰੀਵਾਲ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਹੈ, ਉਹਨਾਂ ਨੂੰ ਬਣਾਉਣ ਵਰਗਾ ਹਲਕਾ ਫੈਸਲਾ ਉਹ ਕਰਨਗੇ। ਕਿਉਂਕਿ ਜੇ ਉਹ ਫੈਸਲਾ ਕਰ ਲਿਆ ਤਾਂ ਜੇ ਇਸ ਮਾਹੌਲ ਨੂੰ ਉਹ ਸਿਰਜਣਾ ਚਾਹੁੰਦੇ ਆ ਕਿ ਮੈਂ ਲੋਕਾਂ ਦਾ ਫਤਵਾ ਲੈਣਾ, ਉਹ ਖਤਮ ਹੋ ਜਾਏਗੀ ਗੱਲ। ਇਸ ਕਰਕੇ ਬੀਬੀ ਸੁਨੀਤਾ ਕੇਜਰੀਵਾਲ ਤਾਂ ਨਹੀਂ ਬਣਾਉਂਦੇ, ਹਾਲਾਂਕਿ ਉਹਨਾਂ ਦੇ ਬਣਤ 'ਚ ਦਿੱਕਤ ਕੋਈ ਨਹੀਂ ਕਿਉਂਕਿ 6 ਮਹੀਨੇ ਸਰਕਾਰ ਦੇ ਰਹਿੰਦੇ ਨਹੀਂ ਅਤੇ ਉਹਨਾਂ ਨੂੰ ਵਿਧਾਨ ਸਭਾ ਦੀ ਚੋਣ ਲੜਨ ਦੀ ਵੀ ਲੋੜ ਨਹੀਂ ਜਿਹਨਾਂ ਨੇ ਮੁੱਖ ਮੰਤਰੀ ਰਹਿਣਾ। ਦੂਸਰੇ ਪਾਸੇ ਬੀਬੀ ਆਤਿਸ਼ੀ, ਉਹਨਾਂ ਨੂੰ ਬਣਾ ਕੇ ਇਸ ਗੱਲ ਦੇ ਉੱਤੇ ਠੱਪਾ ਲਾਇਆ ਜਾ ਸਕਦਾ ਕਿ ਦੇਖੋ ਭਾਈ ਅਸੀਂ ਬੀਬੀਆਂ ਦੇ ਨਾਲ ਕਿਸ ਤਰੀਕੇ ਉਹਨਾਂ ਨੂੰ ਹੱਕ ਦਿੰਦੇ ਹਾਂ, ਅੱਗੇ ਵਧਣ ਦਾ ਮੌਕਾ ਦਿੰਦੇ ਹਾਂ। ਤੀਸਰੇ, ਕੈਲਾਸ਼ ਗਹਿਲੋਤ ਨੇ, ਤੁਸੀਂ ਕੱਲ੍ਹ ਮੇਰੀ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ, ਵੱਡੇ ਬੰਦੇ ਹੋ, ਤੁਹਾਡੀ ਮਰਜ਼ੀ ਹੈ,
ਮੈਂ ਕਿਹਾ ਸੀ ਕਿ ਕਿਤੇ ਕੇਜਰੀਵਾਲ ਸਾਹਿਬ ਨੂੰ ਹਰਿਆਣੇ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਤੌਰ 'ਤੇ ਤਾਂ ਨਹੀਂ ਪੇਸ਼ ਕਰਨਾ। ਹੁਣ ਕੈਲਾਸ਼ ਗਹਿਲੋਤ ਸਾਹਿਬ ਮੰਤਰੀ ਵੀ ਨੇ, ਉਹ ਹਰਿਆਣੇ ਦੇ ਇੱਕ ਬਹੁਤ ਵੱਡੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ। ਉਹ ਭਾਈਚਾਰਾ ਜਿਹੜਾ ਕਿਸਾਨ ਅੰਦੋਲਨ ਦੇ ਵੇਲੇ ਵੀ ਕੇਂਦਰ ਦੀ ਸਰਕਾਰ ਦੇ ਖਿਲਾਫ ਗਿਆ ਸੀ, ਉਹ ਭਾਈਚਾਰਾ ਜਿਹੜਾ ਜਦੋਂ ਖਿਡਾਰੀਆਂ ਨੇ ਅੰਦੋਲਨ ਕੀਤਾ ਸੀ, ਕਿਉਂਕਿ ਖਿਡਾਰੀਆਂ ਦਾ ਅੰਦੋਲਨ ਬਹੁਤਾ ਕਰਕੇ ਹਰਿਆਣੇ ਦਾ ਸੀ, ਜਿੱਦਾਂ ਕਿਸਾਨ ਅੰਦੋਲਨ ਬਹੁਤਾ ਕਰਕੇ ਪੰਜਾਬ ਦਾ ਸੀ, ਉਹ ਭਾਈਚਾਰਾ ਉਦੋਂ ਵੀ ਸਰਕਾਰ ਦੇ ਖਿਲਾਫ ਗਿਆ ਸੀ। ਹੋ ਸਕਦਾ ਕਿ ਕੈਲਾਸ਼ ਗਹਿਲੋਤ ਹੋਰਾਂ ਨੂੰ ਸੀਐਮ ਦੀ ਕੁਰਸੀ ਦੇ ਉੱਤੇ ਬਿਠਾ ਕੇ ਇੱਕ ਤਾਂ 4-5 ਮਹੀਨੇ ਦੇ ਲਈ ਉਹਨਾਂ ਨੂੰ ਮੁੱਖ ਮੰਤਰੀ ਬਣਾ ਦੇਣ, ਅਤੇ ਦੂਸਰਾ ਹਰਿਆਣੇ ਦੇ ਇੱਕ ਬਹੁਤ ਵੱਡੇ ਵਰਗ ਵਿਸ਼ੇਸ਼ ਜਿਹੜਾ ਸਾਧਨ ਸੰਪੰਨ ਵੀ ਹੈ, ਉਹਦੀਆਂ ਵੋਟਾਂ ਲੈਣ ਦਾ ਆਰ ਵੀ ਜਿਹੜਾ ਆਮ ਆਦਮੀ ਪਾਰਟੀ ਕਰ ਸਕਦੀ ਹੈ। ਸੋ ਕੋਈ ਨਾ ਕੋਈ ਤਾਂ ਗਿਣਤੀ ਮਿਣਤੀ ਭਾਈ ਉਹਨੇ ਰੱਖਣੀ ਆ, ਗਿਣਤੀ ਮਿਣਤੀ ਦੇ ਸਿਰ 'ਤੇ ਇੱਥੇ ਪਹੁੰਚੇ। ਗਿਣਤੀ ਮਿਣਤੀ ਠੀਕ ਆ, ਦੇਖੋ ਦਿੱਲੀ ਤੱਕ ਦੀਆਂ ਗਿਣਤੀਆਂ ਮਿਣਤੀਆਂ ਨਾ ਆਪਾਂ ਤੁਹਾਡੇ ਨਾਲ ਸਹਿਮਤ ਹਾਂ ਜੀ, ਜਦੋਂ ਤੁਸੀਂ ਟੱਪਦੇ ਨਾ ਹਰਿਆਣਾ, ਹਰਿਆਣੇ ਵਾਲੇ ਭਾਈ ਸਾਹਿਬ ਉਹ ਪੰਜਾਬ 'ਚੋਂ ਨਿਕਲਿਆ, ਹਰਿਆਣਾ ਕਿਹੜਾ ਕੋਈ ਬਾਹਰੋਂ ਆਇਆ। ਠੀਕ ਹੈ, ਹੁਣ ਇੰਨੀ ਕੁ ਸਾਈਕੀ 'ਤੇ ਆਪਾਂ ਸਮਝਦੇ ਹਾਂ ਵੀ ਉਹ ਕਿੱਦਾਂ ਦੇ ਨੇ ਉੱਥੋਂ ਵਾਲੇ, ਉਹਨਾਂ ਨੂੰ ਪਤਾ ਵੀ ਯਾਰ ਅੱਛਾ ਹੁਣ ਜੇ ਸਾਡੇ 'ਚੋਂ ਇੱਕ ਨੂੰ ਬਣਾ ਤਾ ਅਤੇ ਉਹਨੂੰ ਬਣਾ ਦਿੱਤਾ ਉੱਥੇ ਦਿੱਲੀ 'ਚ ਮੁੱਖ ਮੰਤਰੀ, ਅਤੇ ਯਾਰ ਉਹਦਾ ਸਾਨੂੰ ਕੀ ਭਾਈ। ਉਹ ਮੈਨੂੰ ਲੱਗਦਾ ਵੀ ਇੱਕ ਕਾਰਨ ਹੋ ਸਕਦਾ, ਕਿਉਂਕਿ ਜੇ ਤਾਂ ਕੰਮ ਕੀਤਾ ਹੁੰਦਾ ਹਰਿਆਣੇ 'ਚ ਆਮ ਆਦਮੀ ਪਾਰਟੀ ਵਾਲਿਆਂ ਨੇ, ਇਸ ਤੋਂ ਪਿੱਛੇ ਆ ਇਲੈਕਸ਼ਨਾਂ ਲੰਘ ਕੇ ਗਈਆਂ ਨੇ, ਚਲੋ ਇਹ ਗੱਠਜੋੜ ਹੋ ਵੀ ਗਿਆ ਸੀ, ਗੱਠਜੋੜ ਦੇ ਚਲੋ ਤਹਿਤ ਆਪਾਂ ਗੱਲ ਕੀਤੀ ਵੀ 2-4 ਥਾਵਾਂ ਦੇ ਉੱਪਰ ਇਹਨਾਂ ਨੂੰ ਬਹੁਮਤ ਹੈਗਾ ਵਿਧਾਨ ਸਭਾ ਸੀਟਾਂ ਦੇ ਹਿਸਾਬ ਨਾਲ, ਪਰ 2-4 ਸੀਟਾਂ ਦੇ ਨਾਲ ਤਾਂ ਕੁਛ ਵੱਟੀ ਦਾ ਨਹੀਂ ਨਾ ਹੈਗਾ। ਹੁਣ ਤੁਸੀਂ ਦੇਖੋ ਵੀ ਉਹ ਜਨਨਾਇਕ ਜਨਤਾ ਪਾਰਟੀ ਵਾਲਾ ਸੀਗਾ, ਉਦੋਂ ਭਾਵੇਂ ਪਹਿਲੀ ਰਾਮ ਪਾਰਟੀ ਬਣਾ ਕੇ 10 ਸੀਟਾਂ ਜਿੱਤ ਗਿਆ ਸੀ, ਫਿਰ ਵੀ ਕੁਛ ਨਾ ਕੁਛ ਆਧਾਰ 'ਤੇ ਸੀਗਾ। ਉਹੋ ਜਿਹੀ ਟੱਕਰ ਜੇ ਕਿਤੇ ਮੰਨ ਲਓ ਆਮ ਆਦਮੀ ਪਾਰਟੀ ਆ ਜਿਹੜੀ ਪਿਛਲੀ ਲੰਘੀ ਵਿਧਾਨ ਸਭਾ, ਉਹਦੇ ਵਿੱਚ 2-4-5 MLA ਇਹਨਾਂ ਦੇ ਹੁੰਦੇ, ਮੈਂ ਨਹੀਂ ਆਉਂਦਾ ਵਿਰੋਧੀ ਧਿਰ 'ਚ ਹੁੰਦੇ, ਪਰ ਚਲੋ 2-4-5 MLA ਰੜਕਦੇ ਹੁੰਦੇ, ਕਿਤੇ ਨਾ ਕਿਤੇ ਕੋਈ ਝੰਡਾ ਹੁੰਦਾ, ਕੋਈ ਉੱਥੇ ਕੋਈ ਗੱਲ ਕਰਦਾ, ਕੋਈ ਪੁੱਛਦਾ, ਕੋਈ ਚੱਲਦਾ, ਫਿਰ ਤਾਂ ਹੋ ਸਕਦਾ ਸੀ ਵੀ ਗੱਲ ਵੀ ਬੂਟਾ ਲੱਗਿਆ ਵੀ ਜਸਟ ਇਹਨੂੰ ਫਾੜੀ ਲੱਗਣਾ। ਪਰ ਹੁਣ ਮੈਨੂੰ ਲੱਗਦਾ ਵੀ ਅਜੇ ਜਿਹੜਾ ਬੂਟਾ ਉਹ ਲੱਗਣ ਦੀ ਅਜੇ ਵੇਟ ਕਰ ਰਹੀ ਆਮ ਆਦਮੀ ਪਾਰਟੀ। ਇੰਨਾ ਵਿਧਾਨ ਸਭਾ ਚੋਣਾਂ ਦੇ ਵਿੱਚ ਜੇ ਉਹ ਬੂਟਾ ਲਾਉਣ 'ਚ ਕਾਮਯਾਬ ਹੋ ਗਏ ਤਾਂ ਹੋ ਸਕਦਾ ਅਗਲੇ 5 ਸਾਲ ਬਾਅਦ ਉਹ ਆਖਣ ਵੀ ਸਾਡੀ ਸਰਕਾਰ ਬਣ ਸਕਦੀ ਹਰਿਆਣੇ 'ਚ। ਪਰ ਅਜੇ ਮੈਨੂੰ ਲੱਗਦਾ ਨਹੀਂ ਵੀ ਮਰਲਾ ਜ਼ਮੀਨ ਉਹਨਾਂ ਦੇ ਕੋਲ ਹੈ ਨਹੀਂ ਅਤੇ ਉਹ ਅੰਬ ਉੱਥੇ ਬੀਜ ਲੈਣਗੇ ਔਖਾ। ਸੰਧਾ ਵਾਲੀਆ ਸਾਹਿਬ, 2.5 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਿਆ, ਅੱਧਾ ਕਾਰਜਕਾਲ ਲੰਘ ਗਿਆ ਅਤੇ ਅੱਧਾ ਕਾਰਜਕਾਲ ਰਹਿ ਗਿਆ। ਹੁਣ ਅੱਧਾ ਵੀ ਨਹੀਂ ਮੰਨ ਕੇ ਚੱਲੀਏ, ਕਿਉਂਕਿ 2 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਣਾ, ਇੱਕ ਅੱਧੀ ਵਾਰੀ ਵਿੱਚ ਹੋਰ ਕੋਈ ਚੋਣ ਆ ਜਾਣੀ, ਫਿਰ ਕੋਡ ਆਫ ਕੰਡਕਟ ਲੱਗ ਜਾਣਾ, ਜਾਣੀ 5 ਸਾਲ ਦੀ ਸਰਕਾਰ ਹੁੰਦੀ ਹੈ, ਸਾਲ 'ਚ 12 ਮਹੀਨੇ, 12×5=60 ਮਹੀਨਿਆਂ ਦੇ ਵਿੱਚੋਂ 30 ਮਹੀਨੇ ਨਿਕਲ ਗਏ, 4 ਮਹੀਨੇ ਕੋਡ ਆਫ ਕੰਡਕਟ 'ਚੋਂ ਨਿਕਲ ਜਾਣੇ ਆ, ਮਹੀਨੇ ਇਹਨਾਂ ਦੇ ਕੋਲ ਲੈ ਦੇ ਕੇ 25-26 ਨੇ। ਇਹ 25-26 ਮਹੀਨਿਆਂ ਦੇ ਵਿੱਚ ਕੰਮ ਬਹੁਤ ਕਰਨ ਵਾਲਾ। ਆਪਾਂ ਅੱਜ ਇਸ ਗੁਣਾ ਘਟਾਓ 'ਚ ਨਹੀਂ ਪੈਣਾ, ਉਹ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਟਿੱਪਣੀ ਕਰਕੇ ਦੱਸ ਦੇਣਗੇ ਕਿ ਕਿਹੜੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਸਰਕਾਰ ਤੋਂ ਹੋ ਗਏ, ਕਿਹੜੇ ਹੋ ਰਹੇ ਨੇ ਪਾਈਪਲਾਈਨ 'ਚ ਨੇ, ਅਤੇ ਕਿਹਨਾਂ ਨੂੰ ਅਜੇ ਤੱਕ ਉਹਨਾਂ ਨੇ ਟੱਚ ਹੀ ਨਹੀਂ ਕੀਤਾ। ਹੁਣ ਜਿੱਦਾਂ ਹੀ 2.5 ਸਾਲ ਹੁੰਦੇ ਆ, ਨਾਲ ਹੀ ਇੱਕ ਨੀਤੀ ਦਾ, ਇੱਕ ਪੋਲਿਸੀ ਦਾ ਖਰੜਾ ਜਾਰੀ ਕਰ ਦਿੱਤਾ ਜਾਂਦਾ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਉਗਰਾਹਾਂ ਜਥੇਬੰਦੀ ਵਾਲੇ ਚੰਡੀਗੜ੍ਹ ਦੇ ਵਿੱਚ ਧਰਨਾ ਲਾ ਕੇ ਬੈਠੇ ਸੀ, ਤਾਂ ਉਹਨਾਂ ਦੀ ਸਭ ਤੋਂ ਮੁੱਖ ਮੰਗ ਸੀ ਕਿ ਖੇਤੀਬਾੜੀ ਪੋਲਿਸੀ ਕਿੱਥੇ ਹੈ। ਅਸੀਂ ਸਾਰੀਆਂ ਸਰਕਾਰਾਂ ਨੂੰ 2.5 ਸਾਲ ਇਹਨਾਂ ਦੇ ਅਤੇ ਜਿੰਨੀਆਂ ਵੀ ਅੱਜ ਤੱਕ ਪੰਜਾਬ 'ਚ ਸਰਕਾਰਾਂ ਬਣੀਆਂ ਸਾਰੀਆਂ ਨੂੰ ਕਟਹਿਰੇ 'ਚ ਖੜੇ ਕਰਦੇ ਹਾਂ, ਤੁਸੀਂ ਖੇਤੀ ਖੇਤੀ ਮੋਟਰਾਂ ਫਸਲਾਂ MSP ਰੌਲਾ ਪਾਉਂਦੇ ਰਹੇ, ਪਰ ਤੁਹਾਡੇ ਕੋਲ ਆਪਦੀ ਪੋਲਿਸੀ ਕੋਈ ਨਹੀਂ ਸੀ। ਹੁਣ ਇਹਨਾਂ ਨੇ ਉਦੋਂ ਕਿਹਾ ਸੀ ਕਿ ਇਸ ਮਹੀਨੇ ਦੇ ਅੰਤ ਤੱਕ 30 ਤਰੀਕ ਤੱਕ ਅਸੀਂ ਖੇਤੀਬਾੜੀ ਨੀਤੀ ਦੀ ਪੋਲਿਸੀ ਜਿਹੜੀ ਖਰੜਾ ਜਾਰੀ ਕਰ ਦਿਆਂਗੇ। ਪ੍ਰੋਫੈਸਰ ਸੁਖਪਾਲ ਸਿੰਘ ਬਹੁਤ ਸੁਹਿਰਦ ਬੰਦੇ ਆ, ਸਿਆਣੇ ਬੰਦੇ ਆ, ਉਹਨੂੰ ਹੈੱਡ ਬਣਾਇਆ ਸੀ, ਉਹ ਕਮਿਸ਼ਨ ਦਾ 11-ਮੈਂਬਰੀ ਕਮਿਸ਼ਨ ਕਮੇਟੀ ਸੀ। ਹੁਣ 2600 ਪੰਨਿਆਂ ਦਾ ਖਰੜਾ ਹੈ,
ਉਹਨੂੰ ਜਾਰੀ ਕੀਤਾ ਅਤੇ ਉਹਦੇ ਬਾਬਤ ਦਾਅਵਾ ਇਹ ਕੀਤਾ ਪੰਜਾਬ ਸਰਕਾਰ ਨੇ ਕਿ 1 ਲੱਖ ਤੋਂ ਵੱਧ ਲੋਕਾਂ ਦੇ ਸੁਝਾਅ ਲਏ ਆ, ਇਸ ਕਰਕੇ ਸਮਾਂ ਲੱਗਿਆ। ਚਲੋ, ਇੰਨੀ ਕੁ ਪ੍ਰਾਪਤੀ ਕਹੀ ਜਾ ਸਕਦੀ ਆ ਕਿ 2.5 ਸਾਲਾਂ 'ਚ ਖਰੜਾ ਬਣ ਗਿਆ, 6 ਮਹੀਨਿਆਂ 'ਚ ਨੀਤੀ ਬਣ ਕੇ ਲਾਗੂ ਹੋ ਜੂ। ਜਿੰਨੀਆਂ ਵੀ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਉਹ ਮਜ਼ਦੂਰ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਸਾਰਿਆਂ ਨੂੰ ਖਰੜਾ ਭੇਜ ਦਿੱਤਾ ਗਿਆ। ਉਹਨਾਂ ਤੋਂ ਸੁਝਾਅ ਮੰਗਿਆ ਕਿ ਤੁਸੀਂ ਖਰੜਾ ਪੜ੍ਹ ਲਓ, ਇਹਨੂੰ ਵਾਚ ਲਓ, ਜਿਹੜੀ ਚੀਜ਼ ਤੁਹਾਨੂੰ ਲੱਗਦੀ ਆ ਕਿ ਪ੍ਰੈਕਟੀਕਲ ਨਹੀਂ, ਲਾਗੂ ਨਹੀਂ ਹੋ ਸਕਦੀ, ਉਹ ਸਾਨੂੰ ਦੱਸ ਦਿਓ, ਉਹਦੇ ਵਿੱਚ ਤਬਦੀਲੀ ਕਰ ਲਾਂਗੇ। ਜਿਹੜੀ ਚੀਜ਼ ਲੱਗਦੀ ਹੈ ਬੇਲੋੜੀ ਹੈ, ਬਿਲਕੁਲ ਨਹੀਂ ਹੋਣੀ ਚਾਹੀਦੀ, ਦੱਸ ਦਿਓ, ਅਸੀਂ ਕੱਟ ਦਿਆਂਗੇ। ਜਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਅਸੀਂ ਉਹਨੂੰ ਟੱਚ ਨਹੀਂ ਕਰ ਸਕੇ, ਇਹਦੇ ਵਿੱਚ ਪਾ ਹੀ ਨਹੀਂ ਸਕੇ, ਪਾਉਣੀ ਬਹੁਤ ਜ਼ਰੂਰੀ ਹੈ, ਉਹਦੇ ਤੋਂ ਬਿਨਾਂ ਖੇਤੀਬਾੜੀ ਮਸਲੇ ਦਾ ਹੱਲ ਨਹੀਂ, ਉਹ ਦੱਸ ਦਿਓ, ਵਿੱਚ ਪਾ ਲਾਂਗੇ। ਹੁਣ ਇੱਕ ਤਾਂ ਸੁਝਾਵਾਂ ਦੀ ਉਡੀਕ ਕਰਨਗੇ, ਅਤੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਮੌਕਾ ਹੈ, ਇਹ ਸਮਾਂ ਤੁਹਾਡੇ ਕੋਲ ਖਰੜਾ ਹੈ, ਤੁਹਾਡੇ ਕੋਲ ਸਮਾਂ, ਤੁਸੀਂ ਇਹਨੂੰ ਪੜ੍ਹੋ, ਵਾਚੋ ਅਤੇ ਪ੍ਰੈਕਟੀਕਲੀ ਜਿਹੜੀ ਚੀਜ਼ ਹੋਣੀ ਚਾਹੀਦੀ ਆ ਉਹ ਦੱਸੋ, ਕਿਉਂਕਿ ਖੇਤਾਂ 'ਚ ਤੁਸੀਂ ਰਹਿੰਦੇ ਹੋ। ਨੰਬਰ 2, ਇਹਦੇ ਵਿੱਚ ਇੱਕ ਇਹ ਚੀਜ਼ ਸ਼ਾਮਿਲ ਕੀਤੀ ਕਿ ਜਿਹੜਾ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਦਾ ਮਾਲਕ ਹੈ ਅਤੇ ਜਿਹੜਾ ਖੇਤਾਂ ਦੇ ਵਿੱਚ ਮਜ਼ਦੂਰ ਸੰਧਾਲੀਆ ਸਭ ਕੰਮ ਕਰਦਾ, ਉਹਦੀ ਪੈਨਸ਼ਨ ਦਾ ਪ੍ਰਬੰਧ ਕਰਨ ਦੀ ਵਿੱਚ ਗੱਲ ਹੈ ਕਿ ਭਾਈ ਉਹਨੂੰ ਪੈਨਸ਼ਨ ਦੇਵਾਂਗੇ, ਵਾਅਦਾ ਨਹੀਂ ਹੈ, ਇਹ ਨੀਤੀ ਹੈ, ਵਾਅਦਾ ਕੋਈ ਹੋਰ ਚੀਜ਼ ਹੁੰਦੀ ਹੈ। ਨੰਬਰ 2, ਇੱਕ ਇਹਦੇ ਵਿੱਚ ਕਿਹਾ ਗਿਆ ਕਿ ਹੱਬ ਬਣਾਉਣੇ ਆ, ਮੰਨ ਲਓ ਕਿ ਆਲੂ ਦੇ ਬੀਜ ਤਿਆਰ ਕਰਨੇ ਆ ਕਿ ਬੀਜ ਹੱਬ ਬਣਾਵਾਂਗੇ ਆਪਾਂ, ਉਹਦੇ ਵਿੱਚੋਂ ਪੈਸੇ ਵੱਧ ਬਣਦੇ ਆ, ਕਿ ਜਲੰਧਰ ਜਾਂ ਦੁਆਬੇ ਦੇ ਵਿੱਚ ਆਲੂ, ਲੁਧਿਆਣੇ ਅਤੇ ਆਸ ਪਾਸ ਦਾ ਖੇਤਰ ਜਿਹੜਾ ਝੋਨਾ, ਅੰਮ੍ਰਿਤਸਰ, ਗੁਰਦਾਸਪੁਰ ਇੱਧਰਲੇ ਇਲਾਕੇ ਦੇ ਵਿੱਚ ਬਾਸਮਤੀ, ਕਿਸੇ ਹੋਰ ਪਾਸੇ ਜਿਹੜਾ ਉਹ ਦਾਲਾਂ ਮਾਨਸੇ ਵਾਲੇ ਪਾਸੇ, ਇੱਦਾਂ ਬਹੁਤ ਸਾਰੇ ਉਹਨਾਂ ਨੇ ਵੱਖਰੇ ਵੱਖਰੇ ਕਲਸਟਰ ਜਿਹਾ ਬਣਾ ਦਿੱਤੇ ਕਿ ਇੱਥੇ ਅਸੀਂ ਬੀਜ ਜਿਹੜੇ ਆ ਨਾ ਕਿ ਹੋਰਨਾਂ ਸੂਬਿਆਂ ਨੂੰ ਭੇਜਿਆ ਕਰਨੇ, ਇਹਨਾਂ ਦੇ ਕਲਸਟਰ ਬਣਾਵਾਂਗੇ। ਫਿਰ ਪਾਣੀ ਕਿੱਦਾਂ ਬਚਾਉਣਾ ਹੈ ਉਹਦੇ ਬਾਬਤ ਗੱਲ ਹੈ ਕਿ ਜਿਹੜਾ ਕਿਸਾਨ ਪਾਣੀ ਬਚਾਊਗਾ, ਮੋਟਰ ਘੱਟ ਚਲਾਊਗਾ ਜਾਂ ਹੋਰ ਕੁਛ, ਉਹਨੂੰ ਨਕਦ ਪੈਸੇ ਦੇਣੇ ਆ ਕਿ ਪਾਣੀ ਬਚਾਉਣਾ ਜ਼ਰੂਰੀ ਹੈ, ਪੈਸਿਆਂ ਦੀ ਕੀਮਤ ਕੋਈ ਨਹੀਂ। ਹੁਣ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਗਈਆਂ, MSP ਦੇ ਬਾਬਤ ਵੀ ਚਰਚਾ ਕਿ ਕੇਂਦਰ ਦੇ ਨਾਲ ਆਹ ਗੱਲ ਕਰਨੀ ਹੈ। ਸੰਧਾਲੀਆ ਸਾਹਿਬ, ਜਦੋਂ ਨੀਤੀ ਨਹੀਂ ਸੀ ਉਦੋਂ ਕੁਛ ਨਹੀਂ ਸੀ ਪੱਲੇ, ਜਦੋਂ ਨੀਤੀ ਲਾਗੂ ਹੋ ਜਾਣੀ ਉਦੋਂ ਕੁਛ ਨਹੀਂ ਹੋਣਾ ਪੱਲੇ, ਆਹੀ ਸਮਾਂ ਹੈ ਜਦੋਂ ਕਿਸਾਨ ਜਥੇਬੰਦੀਆਂ ਜਾਂ ਆਮ ਲੋਕ ਖਰੜਾ ਪੜ੍ਹਨ, ਉਹਦੇ ਵਿੱਚ ਪ੍ਰੈਕਟੀਕਲ ਸੁਝਾਅ ਦੇਣ, ਬੇਲੋੜੀਆਂ ਚੀਜ਼ਾਂ ਘਟਾਉਣ, ਕਿਉਂਕਿ ਇਸ ਲਈ ਆਟਾ ਗੁੰਨਣਾ ਹੈ, ਜਿੱਦਾਂ ਦਾ ਆਟਾ ਗੁੱਝੂਗਾ ਨੀਤੀ ਲਾਗੂ ਹੋਣ ਤੋਂ ਬਾਅਦ ਰੋਟੀ ਉੱਦਾਂ ਦੀ ਪੱਕਣੀ ਹੈ। ਦੇਖੋ, ਗੱਲ ਇਹ ਮੈਨੂੰ ਚੇਤੇ ਆ, ਉਦਣ ਜਿੱਦਣ ਇਹ ਚਰਚਾ ਸੀ ਉਗਰਾਹਾਂ ਜਥੇਬੰਦੀ ਵਾਲਿਆਂ ਦੇ ਕੋਲੋਂ ਜਾ ਕੇ ਮੇਰਾ ਖਿਆਲ ਮੰਗ ਪੱਤਰ ਲਿਆ ਸੀ, ਉਦਣ ਗੱਲ ਕਹਿੰਦੇ 1600 ਤੋਂ ਵੱਧ ਪੰਨੇ ਨੇ ਜੀ, ਅਤੇ ਹੁਣ ਜੇ 2600 ਤੋਂ ਵੱਧ ਪੰਨੇ ਨੇ ਤਾਂ 1000 ਪੰਨਾਂ ਵਿੱਚ ਹੋਰ ਐਡ ਹੋ ਗਿਆ। ਹੁਣ ਆਪਾਂ ਇਹਨੂੰ ਇੱਕ ਗੱਲ 'ਤੇ ਕਲੀਅਰ ਕਰ ਲਈਏ ਵੀ ਕੋਈ ਇਹਨੂੰ ਇਹ ਸੋਚੇ ਗੁਰੂ ਉਹ ਕਿਹੜਾ 2600 ਪੇਜ ਪੜ੍ਹੂ। ਵੇਖੋ, ਜੇ 2600 ਪੇਜ ਆਪਾਂ ਅੱਜ ਨਹੀਂ ਪੜ੍ਹਨਾ ਤਾਂ ਫਿਰ ਆਪਾਂ ਇਹ ਮਤ ਆਸ ਕਰੀਏ ਵੀ ਐਜ਼ ਏ ਕਿਸਾਨ, ਐਜ਼ ਏ ਮਜ਼ਦੂਰ ਜਾਂ ਜਿਹੜਾ ਬੰਦਾ ਸਿੱਧੇ ਸਿੱਧੇ ਤੌਰ 'ਤੇ ਖੇਤੀ ਨਾਲ ਜੁੜਿਆ, ਉਹਦਾ ਕਦੀ ਕੋਈ ਨਾ ਕੋਈ ਹੱਲ ਹੋਊਗਾ। ਕਿਉਂਕਿ ਇੱਥੇ ਕਿਹੜਾ ਵੀ ਕੋਈ ਇਹ ਆ ਵੀ ਮਤਲਬ ਯਾਰ ਉਹ ਬਾਹਰ ਤਿੱਖੜ ਦੁਪਹਿਰ ਆ, ਗੁਰੂਆ ਕਈ ਮੋਢੇ 'ਤੇ ਆ ਅਤੇ ਕਰੀਏ ਅਤੇ ਕਰੀਏ ਕੀ, ਸੱਪ ਸਪੋਲੀਏ ਤੁਰੇ ਫਿਰਦੇ, ਪੰਨੇ ਹੀ ਪੜ੍ਹਦੇ ਆ ਨਾ, ਆਪ ਨਹੀਂ ਪੜ੍ਹੇ ਜਾਂਦੇ, ਕਿਸੇ ਬੰਦਾ ਕੋਈ ਜਿਹੜਾ ਪੜ੍ਹਨ ਲਿਖਣ ਵਾਲਾ ਉਹਨੂੰ ਟੀਮ ਬਣਾਉਣ, ਪੂਰੀ ਟੀਮ ਬਣਾ ਲੈਣਾ, ਉਹ ਤੋਂ ਮਤਲਬ ਹਰੇਕ ਜਥੇਬੰਦੀ ਖਾਸ ਕਰਕੇ ਕਿਸਾਨ ਜਿਹੜੀਆਂ ਯੂਨੀਅਨਾਂ ਨੇ ਉਹਨਾਂ ਦੀਆਂ ਜਿਹੜੇ ਵਿੰਗ ਨੇ ਉਹ ਜ਼ਰੂਰ ਆਪੋ ਆਪਣੀ ਥਾਂ ਦੇ ਉੱਪਰ ਪੜ੍ਹ ਕੇ ਗਾਂ, ਜਿਹੜੇ ਉਹਨਾਂ ਦੇ ਕਹਿ ਲਓ ਕਿ ਵੀ ਨਾਲ ਵਰਕਰ ਨੇ, ਸਪੋਰਟਰ ਨੇ, ਉਹਨਾਂ ਤੱਕ ਹੀ ਗੱਲ ਪਹੁੰਚਾਉਣ ਵੀ ਆਹ ਚੀਜ਼ਾਂ ਕਰਨ ਨੂੰ ਫਿਰਦੇ ਨੇ, ਵੀ ਫੁੰਮਣ ਸਿਆਂ ਕਿਵੇਂ ਫਿਰ ਜੇ ਇੱਦਾਂ ਕਰ ਲੈਣ ਤਾਂ ਮਨਜ਼ੂਰ ਹੈ ਕਿ ਨਹੀਂ ਤੈਨੂੰ। ਮੈਨੂੰ ਨਾ ਇਹਦੇ ਵਿੱਚ ਇੱਕ ਹੋਰ ਗੱਲ ਲੱਗਦੀ ਸੰਧਾਲੀਆ ਸਾਹਿਬ, ਕਿ ਚਾਹੇ ਪੰਨੇ 1600 ਆ, ਚਾਹੇ 2600 ਆ, ਚਾਹੇ 4 ਘੱਟ ਨੇ, ਚਾਹੇ ਵੱਧ ਨੇ, ਜੇ ਕਿਤੇ ਕਿਸਾਨ ਜਥੇਬੰਦੀਆਂ ਇੱਕ ਕੰਮ ਕਰ, ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਇਹਦਾ ਔਨਲਾਈਨ ਵਰਜ਼ਨ ਮਿਲਿਆ ਕਿ ਨਹੀਂ ਮਿਲਿਆ, ਜੇ ਕਿਤੇ PDF ਉਹਦੀ ਮਿਲੀ ਆ ਤਾਂ ਆਪਣੇ ਸਾਰੇ ਕਾਡਰ ਨੂੰ ਭੇਜੋ, ਜੇ ਨਹੀਂ ਮਿਲੀ ਤਾਂ ਕੋਈ ਵੱਡੀ ਗੱਲ ਨਹੀਂ ਹੈ, ਇੱਕ ਸਕੈਨਰ ਲੱਗਣਾ,
ਬਿਲਕੁਲ ਸਹੀ, ਇੱਕ ਸਕੈਨਰ ਲਾ ਕੇ ਤੁਹਾਡੇ ਕੋਲ ਬਹੁਤ ਵਧੀਆ ਬੰਦੇ ਨੇ, ਤੁਸੀਂ ਕਿਸਾਨ ਅੰਦੋਲਨ 'ਚ ਅਖਬਾਰਾਂ ਕੱਢ ਦਿੱਤੀਆਂ ਸੀ, ਤੁਸੀਂ ਬਹੁਤ ਕੁਝ ਉਦੋਂ ਕੀਤਾ, ਇਹਦੀ PDF ਮੈਨੂੰ ਲੱਗਦਾ ਕਿ ਇੱਕ ਦਿਨ ਦਾ ਹੀ ਕੰਮ ਹੈ। ਹਾਂ, ਇੱਕ ਦਿਨ ਦੇ ਵਿੱਚ ਉਹਦੀ PDF ਬਣਾ ਕੇ ਆਪਣੇ ਇਕੱਲੇ ਇਕੱਲੇ ਕਾਡਰ ਨੂੰ ਭੇਜੋ, ਵਟਸਐਪ ਕਰੋ, ਉਹ ਸਾਰੇ ਹੀ ਪੜ੍ਹਨ, ਸਾਰਿਆਂ ਤੋਂ ਤੁਸੀਂ ਸੁਝਾਅ ਮੁੜ ਕੇ ਸਰਕਾਰ ਨੂੰ ਦਿਓ। ਉਹ ਬੜਾ ਜ਼ਰੂਰੀ ਹੈ। ਦੇਖੋ ਇੱਕ ਗੱਲ ਆ, ਹੁਣ ਮੈਨੂੰ ਨਹੀਂ ਪਤਾ ਵੀ ਇਸ ਨੀਤੀ 'ਚ ਕੀ ਹੋਊਗਾ, ਪਰ ਆਪਾਂ ਇਸ ਤੋਂ ਪਹਿਲਾਂ ਵੀ ਗੱਲ ਕਰਦੇ ਹਟੇ ਹਾਂ ਵੀ ਜੇ ਤਾਂ ਸਰਕਾਰ ਨੇ ਬਹੁਤਾ ਕਰਕੇ ਨੀਤੀ 'ਚ ਇਹ ਰੱਖਿਆ ਵੀ ਅਸੀਂ ਬੀਜ ਦੇਵਾਂਗੇ, ਅਸੀਂ ਸਬਸਿਡੀ ਦੇਵਾਂਗੇ, ਅਸੀਂ ਬੱਤੀ ਦੇ ਬਿੱਲ ਦੇ ਉੱਪਰ ਮਾਫ਼ੀ ਕਰ ਦਿਆਂਗੇ, ਇੱਦਾਂ ਦਾ ਕੁਛ ਨਹੀਂ ਜੀ ਅਜੇ। ਮਤਲਬ ਜੇ ਇਹੋ ਜਿਹਾ ਕੁਛ ਹੋਇਆ, ਮੈਂ ਜਸਟ ਗੱਲ ਕਰਦਾ ਜੀ, ਅਤੇ ਇਹਨੂੰ ਹੁਣੇ ਲੱਭ ਲਓ, ਕਿਉਂਕਿ ਜੇ ਸਰਕਾਰਾਂ ਦੇ ਮੂੰਹ ਵਾਲੀ ਦੇਖਣਾ ਨਾ ਤਾਂ ਫਿਰ ਇਹ ਪੋਲਸੀ ਅੱਜ ਵੀ ਗਈ ਅਤੇ ਕੱਲ੍ਹ ਨੂੰ ਗਈ, ਕਿਉਂਕਿ ਇਸ ਤੋਂ ਪਹਿਲਾਂ ਆਪਾਂ ਦੇਖ ਚੁੱਕੇ ਵੀ ਜਿੱਥੇ ਮੁਫ਼ਤਖੋਰੀਆਂ ਸਕੀਮਾਂ ਵਾਲੇ ਪਾਸੇ ਕੰਮ ਤੁਰ ਪੈਂਦਾ ਉਹ 6 ਮਹੀਨੇ ਤਾਂ ਬੜੀਆਂ ਵਧੀਆ ਲੱਗਦੀਆਂ, ਪਰ 6 ਮਹੀਨੇ ਬਾਅਦ ਜਦੋਂ ਪਿਛਲੇ ਪਾਸੇ ਠੂਠਾ ਖਾਲੀ ਹੋ ਜਾਂਦਾ, ਫਿਰ ਮੁੜ ਕੇ ਨਾ ਪੈਸੇ ਆਉਂਦੇ ਨਾ ਉਹ ਨੀਤੀ ਚੱਲਦੀ। ਉਹਦੇ ਨਾਲੋਂ ਚੰਗਾ ਵੀ ਉਹਦੀ ਪ੍ਰੈਕਟੀਕੈਲਿਟੀ ਨੂੰ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਿਓ ਕਿ ਪੈਸਾ ਕਿੱਥੋਂ ਆਊਗਾ ਜੀ, ਕਿੱਥੇ ਜਾਊਗਾ, ਕਿਹੜੀ ਉਹਦੇ ਵਿੱਚ ਕੋਈ ਪ੍ਰਾਈਵੇਟ ਆਰਗਨਾਈਜੇਸ਼ਨ, ਜਾਂ ਮੰਨ ਲਓ ਕੋਈ ਜੇ ਕਿਸੇ ਨੂੰ ਪੈਨਸ਼ਨ ਹੀ ਦੇਣੀ ਆ ਤਾਂ ਹੋ ਸਕਦਾ ਉਹਦੇ ਵਿੱਚ ਕੋਈ ਇੰਸ਼ੋਰੈਂਸ ਕੰਪਨੀ ਜਿਹੜੀ ਉਹ ਐਡ ਕੀਤੀ ਹੋਵੇ ਕੋਈ, ਜਾਂ ਮੰਨ ਲਓ ਵੀ ਜੇ ਉਹਨਾਂ ਨੂੰ ਲੱਗਦਾ ਵੀ ਇੱਥੇ ਆਪਾਂ ਪੈਸੇ ਬਚਾ ਸਕਦੇ ਹਾਂ, ਜਾਂ ਜੇ ਬੀਜ ਬਣਾਉਣ ਦੀ ਗੱਲ ਤਾਂ ਕਿਹੜੀਆਂ ਕੰਪਨੀਆਂ ਬਣਾਉਣਗੀਆਂ, ਉਹਨਾਂ ਦੇ ਨਾਲ ਕੰਟਰੈਕਟ ਕੀ ਹੋਊਗਾ, ਜਾਂ ਜੇ ਕਿਸਾਨਾਂ ਦੇ ਨਾਲ ਉਹਨਾਂ ਨੇ ਕੋਈ ਕੰਟਰੈਕਟ ਕਰਨਾ ਉਹਦੇ 'ਚ ਸਰਕਾਰ ਕਿੰਨੀ ਕੁ ਇਨਵੋਲਵ ਹੋਊਗੀ। ਮਤਲਬ ਇਹ ਨਿੱਕੀਆਂ ਨਿੱਕੀਆਂ ਬਰੀਕ ਗੱਲਾਂ ਨੇ, ਅਸੀਂ ਅੱਜ ਕਿਉਂਕਿ ਪੜ੍ਹੀ ਨਹੀਂ ਉਹ ਅਜੇ ਨੀਤੀ, ਜਸਟ ਅੰਦਾਜ਼ਾ ਲਾਉਂਦੇ ਹਾਂ ਕਿ ਉਹਦਾ ਇੱਕ ਪੱਖ ਹੀ ਬਚਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਵੀ ਸਾਰਾ ਕੁਝ ਜੇ ਤਾਂ ਸਰਕਾਰ ਦੇ ਉੱਪਰ ਸੁੱਟਣ ਵਾਲੀ ਗੱਲਬਾਤ ਹੈ ਵੀ ਸਰਕਾਰ ਨੇ ਇੱਥੇ ਆਹ ਦੇ ਦੇਣਾ ਜਾਂ ਸਰਕਾਰ ਨੇ ਇੱਥੇ ਆਹ ਦੇ ਦੇਣਾ, ਸਰਕਾਰ ਨੇ ਆਹ ਦੇ ਦੇਣਾ, ਅਤੇ ਇਹ ਬਿਲਕੁਲ ਪਹਿਲਾਂ ਵਾਲੇ ਗੋਂਗਲੂ ਹੋਣੇ ਆ ਜਿਹਨਾਂ ਤੋਂ ਮਿੱਟੀ ਝਾੜੀ ਜਾਣੀ। ਹੋਰ ਕੁਛ ਸੰਧਾਲੀਆ ਸਾਹਿਬ, ਦੇਖੋ ਇੱਕ ਗੱਲ ਤਾਂ ਮੰਨਣਾ ਪਊਗਾ ਕਿ ਇੱਕ ਸਟੈਪ ਅੱਗੇ ਵਧੇ ਆ 1947 ਤੋਂ ਬਾਅਦ, ਅੱਜ ਤੱਕ ਕਦੇ ਪੋਲਿਸੀ ਨਹੀਂ ਸੀ। ਅਸੀਂ ਸਰਕਾਰ ਨੂੰ ਇਸ ਗੱਲ ਦੇ ਲਈ ਵਧਾਈ ਦਿੰਦੇ ਹਾਂ ਕਿ ਤੁਸੀਂ ਖਰੜਾ ਤਿਆਰ ਕਰ ਲਿਆ, ਅੱਜ ਤੱਕ ਕਿਸੇ ਤੋਂ ਖਰੜਾ ਨਹੀਂ ਹੋਇਆ। ਹਾਂ, ਚੰਗੀ ਗੱਲ। ਦੂਸਰੀ ਗੱਲ ਕਿ ਪ੍ਰੋਫੈਸਰ ਸੁਖਪਾਲ ਸਿੰਘ ਹੋਰੀ ਬਹੁਤ ਸਿਆਣੇ ਬੰਦੇ ਨੇ, ਜਿਹੜਿਆਂ ਨੇ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ, ਉਹਨਾਂ ਦਾ ਕੋਈ ਲੈਕਚਰ ਇਸ ਮੁੱਦੇ 'ਤੇ ਸੁਣਿਆ, ਜਾਣੀ ਜ਼ਮੀਨ ਦੇ ਨਾਲ ਜੁੜੇ ਹੋਏ ਵਿਦਵਾਨ ਨੇ, ਅਤੇ ਉਹਨਾਂ ਦੇ ਨਾਲ 10 ਬੰਦੇ ਵੀ ਚੰਗੇ ਹੋਣਗੇ। ਹੁਣ ਜੇ ਤਾਂ ਉਹਨਾਂ ਦੀਆਂ ਸਾਰੀਆਂ ਗੱਲਾਂ ਇਹਦੇ ਵਿੱਚ ਮੰਨ ਲਈਆਂ ਆ ਕਿ ਭਾਈ ਇੱਦਾਂ ਦੀ ਨੀਤੀ ਬਣਾਉਣੀ ਹੈ, ਫਿਰ ਤਾਂ ਮੈਨੂੰ ਲੱਗਦਾ ਕਿ ਇਸ ਨੀਤੀ 'ਚ ਕੁਛ ਨਾ ਕੁਛ ਹੋਊਗਾ। ਅਤੇ ਜੇ ਉਹਨਾਂ ਦੀਆਂ ਗੱਲਾਂ ਨੂੰ ਕਿਤੇ ਸੱਜੇ ਖੱਬੇ ਕੀਤਾ ਗਿਆ, ਫਿਰ ਨੀਤੀ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਹ ਹੋ ਸਕਦੀਆਂ। ਹਾਂ, ਇਹਦੇ ਵਿੱਚ ਅਸੀਂ ਬਾਕੀ ਸਿਆਸੀ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ, ਚਾਹੇ ਕਾਂਗਰਸ ਹੈ, ਭਾਜਪਾ ਹੈ, ਬਸਪਾ ਹੈ, ਅਕਾਲੀ ਦਲ ਦੇ ਜਿੰਨੇ ਧੜੇ ਨੇ ਜਾਂ ਹੋਰ ਪੰਥਕ ਧਿਰਾਂ, ਜਿੰਨੇ ਵੀ ਤੁਸੀਂ ਹੋ, ਜਿਹੜੀ ਵੀ ਪਾਰਟੀ ਦੇ ਹੋ, ਆਹ ਸਮਾਂ ਪੰਜਾਬ ਦੇ ਲਈ ਇੱਕ ਚੰਗਾ ਕੰਮ ਕਰਨ ਦਾ। ਹੋ ਸਕਦਾ ਹੈ ਰੱਦੀ ਨੀਤੀ ਹੋਵੇ, ਹੋ ਸਕਦਾ ਹੈ ਬਹੁਤ ਚੰਗੀ ਹੋਵੇ, ਜੇ ਬਹੁਤ ਚੰਗੀ ਆ ਤਾਂ ਚੰਗੀ ਕਹਿ ਦਿਓ, ਰੱਦੀ ਆ ਤਾਂ ਹੁਣ ਕੰਮ ਕਰ ਲਓ, ਕੱਲ੍ਹ ਨੂੰ ਆਣ ਕੇ ਜੇ ਤੁਸੀਂ ਇਹ ਕਹੋ ਸਾਡੀ ਸਰਕਾਰ ਆਊਗੀ ਤਾਂ ਅਸੀਂ ਇਹਨੂੰ ਬਦਲਾਂਗੇ, ਫਿਰ ਅਸੀਂ ਤਬਦੀਲ ਕਰ ਦਿਆਂਗੇ, ਲੋਕਾਂ ਦੇ 5 ਸਾਲ ਨਾ ਖਰਾਬ ਕਰਿਓ, ਫਿਰ ਤੁਸੀਂ 2.5 ਸਾਲ ਪਹਿਲਾਂ ਖਰੜਾ ਬਣਾਉਣ ਨੂੰ ਲਾਓਗੇ, ਮੁੜ ਕੇ ਆਪਦੀ ਨੀਤੀ ਨੂੰ ਲਾਓਗੇ, ਸਮਾਂ ਆਇਆ ਜਿਹੜੀਆਂ ਘਾਟਾਂ ਕਮਜ਼ੋਰੀਆਂ ਨੇ ਅੱਜ ਦੂਰ ਕਰ ਲਈਏ। ਇਹ ਗੱਲ ਹੋਰ ਵੀ ਦੇਖੋ, ਮੈਨੂੰ ਲੱਗਦਾ ਹੁੰਦਾ ਦੁਨੀਆ ਭਰ ਦੇ ਵਿੱਚ ਨਾ ਜਿਹੜੇ ਲੋਕਾਂ ਨੇ ਤਰੱਕੀ ਕੀਤੀ ਜਾਂ ਕਰਾਈ ਜੀ, ਉਹਨਾਂ ਨੇ ਕਾਰੋਬਾਰੀਆਂ ਨੂੰ ਉਹਦੇ ਵਿੱਚ ਐਡ ਕੀਤਾ। ਆਪਾਂ ਉਦਾਹਰਣ ਚਲੋ ਦੁਬਈ ਦੀ ਲਾ ਲੈਂਦੇ ਹਾਂ, ਦੁਬਈ ਵਾਲਿਆਂ ਕੋਲ ਕੀ ਸੀ, ਰੇਤ ਹੀ ਸੀ, ਉਹਨਾਂ ਦੇਖਿਆ ਵੀ ਯਾਰ ਆਪਾਂ ਇੱਥੇ ਕਿਉਂ ਨਾ ਇਨਫਰਾਸਟ੍ਰਕਚਰ ਬਣਾਈਏ। ਹੁਣ ਕਿੰਨੇ ਕੁ ਲੋਕਾਂ ਨੂੰ ਪਤਾ ਵੀ ਉੱਥੇ ਜਿਹੜਾ ਪੈਸਾ ਉਹ ਬਾਹਰਲੇ ਮੁਲਕਾਂ ਤੋਂ ਆ ਰਿਹਾ, ਕਿੰਨੇ ਕਿੰਨੇ ਲੋਕ ਨੇ ਜਿਹੜੇ ਉੱਥੇ ਭਾਵੇਂ ਕੋਈ ਰੀਅਲ ਸਟੇਟ ਵਾਲਾ ਚੱਲ ਗਿਆ, ਭਾਵੇਂ ਉਹ ਕੰਪਨੀਆਂ ਖੋਲ੍ਹਣ ਵਾਲੇ ਚੱਲ ਗਏ, ਯਾਰ ਉੱਥੇ ਜਾ ਕੇ ਆਪਾਂ ਇਨਵੈਸਟ ਕਰਦੇ ਹਾਂ ਫਿਰ ਆਪਾਂ ਨੂੰ ਉਹਦੀ ਰਿਟਰਨ ਆਊ ਜੀ। ਯਾਨੀ ਕਿ ਉਹਨਾਂ ਨੇ ਇੱਕ ਗਲੋਬਲ ਮੰਡੀ ਬਣਾਈ ਜਿੱਥੇ ਦੁਨੀਆ ਭਰ ਤੋਂ ਪੈਸਾ ਅਟਰੈਕਟ ਹੋਇਆ। ਅਤੇ ਜੇ ਆਪਾਂ ਨੂੰ ਅੱਜ ਇਹ ਲੱਗਦਾ ਵੀ ਯਾਰ ਪੰਜਾਬ ਕੋਲ ਜ਼ਮੀਨ ਆ, ਜ਼ਰਖੇਜ਼ ਭੂਮੀ ਆ, ਉਹ ਜ਼ਮੀਨ ਆ ਜਿੱਥੇ ਭਾਵੇਂ ਕੋਈ ਫਲ ਲਾ ਲਓ, ਭਾਵੇਂ ਕੋਈ ਦਾਲ ਲਾ ਲਓ, ਭਾਵੇਂ ਕੋਈ ਬੀਜ ਲਾ ਲਓ, ਕੁਛ ਮਰਜ਼ੀ ਲਾ ਲਓ, ਹੋ ਜਾਂਦਾ। ਅਤੇ ਇਹ ਵੀ ਮੇਰਾ ਖਿਆਲ ਹੁਣ ਤਾਂ ਪੰਜਾਬੀ ਲਗਭਗ ਸਾਰੀ ਦੁਨੀਆ 'ਚ ਨੇ, ਹੁਣ ਤਾਂ ਲੀਡਰ ਵੀ ਸਾਡੇ ਘੁੰਮ ਘੁੰਮ ਕੇ ਦੇਖ ਗਏ, ਉਹਨਾਂ ਨੂੰ ਵੀ ਲਗਭਗ ਚਾਨਣ ਹੋ ਗਿਆ ਹੋਣਾ ਵੀ ਯਾਰ ਇਹੋ ਜਿਹੀ ਧਰਤੀ ਕਿਤੇ ਨਹੀਂ ਹੈਗੀ ਜਿਹੜੀ 3-3, 4-4 ਫਸਲਾਂ ਤੁਹਾਨੂੰ ਸਾਲ ਦੀਆਂ ਦੇ ਦਿੰਦੀ ਹੈ। ਅਤੇ ਜੇ ਇਹੋ ਜਿਹੀ ਧਰਤੀ ਤੋਂ ਵੀ ਆਪਾਂ
ਉਹ ਬਾਹਰਲੇ ਜਿਹੜੇ ਉਹ ਲੋਕ ਨੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਅਟਰੈਕਟ ਨਹੀਂ ਕਰ ਸਕਦੇ ਤਾਂ ਫਿਰ ਕਿਤੇ ਨਾ ਕਿਤੇ ਹੋ ਸਕਦਾ ਵੀ ਆਪਾਂ ਫੇਲ ਮਹਿਸੂਸ ਕਰੀਏ ਆਪਣੇ ਆਪ 'ਚ। ਸੋ ਸਭ ਤੋਂ ਮੇਰਾ ਖਿਆਲ ਜ਼ਰੂਰੀ ਸਟੈਪ ਇਹ ਹੈ ਵੀ ਇਸ ਵਕਤ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੇ ਲੋਕ ਇਹਦੇ ਨਾਲ ਵਾਹ ਵਾਸਤਾ ਰੱਖਦੇ ਆ ਉਹ ਇਹਨੂੰ ਪੜ੍ਹਨ ਵਾਚਣ ਅਤੇ ਆਪਣੇ ਸੁਝਾਅ ਦੇਣ, ਆੜ੍ਹਤੀ ਵੀ ਸੁਝਾਅ ਦੇਣ, ਖੇਤ ਮਜ਼ਦੂਰ ਵੀ ਸੁਝਾਅ ਦੇਣ, ਇਕੱਲੇ ਕਿਸਾਨ ਨਹੀਂ। ਕਿਉਂਕਿ ਜੇ ਅਸੀਂ ਇੱਧਰਲੇ ਪਾਸੇ ਨੂੰ ਨਾ ਤੁਰੇ ਤਾਂ ਸੰਧਾਲੀਆ ਸਭ ਕੰਮ ਔਖਾ ਹੋ ਜਾਣਾ, ਫਿਰ ਸੱਪ ਨਿਕਲ ਜਾਣਾ, ਫਿਰ ਅਸੀਂ ਲੀਕ ਪਿੱਟਣੀ ਹੈ। ਅੱਜ ਮੌਕਾ ਮਿਲਿਆ, ਮਤ ਸੋਚੋ ਕਿ ਸਰਕਾਰ ਦੀ ਹੈ, ਪੰਜਾਬ ਦੇ ਲੋਕਾਂ ਦੀ ਪੋਲਿਸੀ ਹੈ, ਲਾਗੂ ਲੋਕਾਂ 'ਤੇ ਹੋਣੀ ਆ, ਸਰਕਾਰ ਨੂੰ ਕੀ ਫਰਕ ਪੈਣਾ? ਕੁਛ ਵੀ ਨਹੀਂ। ਲਓ ਜੀ, ਵੈਸੇ ਇੱਕ ਗੱਲ ਹੈ ਵੀ ਆਸ ਵੈਸੇ ਘੱਟ ਸੀ, ਪਰ ਇੱਕ ਤਰ੍ਹਾਂ ਫਿਰ ਉਹੀ ਫੈਸਲਾ ਆ ਗਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਲਈ ਵੋਟਾਂ ਬਣਾਉਣ ਦੀ ਜਿਹੜੀ ਤਰੀਕ ਸੀਗੀ ਉਹ ਇੱਕ ਤਰ੍ਹਾਂ ਫਿਰ ਵਧਾ ਦਿੱਤੀ ਗਈ। ਹੁਣ ਮੇਰਾ ਖਿਆਲ ਜਦੋਂ ਹੁਣ ਤਾਂ ਮੈਨੂੰ ਇਹ ਲੱਗਦਾ ਵੀ ਇੱਕ ਸਾਲ ਤੋਂ ਵੱਧ ਸਮਾਂ ਨਿਕਲ ਗਿਆ ਲਗਭਗ ਵੋਟਾਂ ਬਣਾਉਣ ਦਾ ਸਮਾਂ ਵਧਾਉਂਦਿਆਂ ਵਧਾਉਂਦਿਆਂ 2 ਮਹੀਨੇ 4 ਮਹੀਨੇ ਕਰ ਕਰਕੇ, ਅਤੇ ਹੁਣ ਫਿਰ 31 ਅਕਤੂਬਰ ਤੱਕ ਦਾ ਸਮਾਂ ਜਿਹੜਾ ਉਹ ਵਧਾ ਦਿੱਤਾ ਗਿਆ ਕਿ ਇਹ ਕਿਹਾ ਇਹੀ ਗਿਆ ਜਿੱਦਾਂ ਪਿਛਲੀ ਵਾਰ ਕਿਹਾ ਗਿਆ ਸੀ ਵੀ ਇਹ ਆਖਰੀ ਵਾਰ ਜਿਹੜਾ ਸਮਾਂ ਉਹ ਵਧਾਇਆ ਗਿਆ, ਇਸ ਤੋਂ ਬਾਅਦ ਸਮਾਂ ਨਹੀਂ ਮਿਲਣਾ। ਅਤੇ ਜੇਕਰ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਸਾਬਤ ਸੂਰਤ ਹੋ, ਤੁਸੀਂ ਸਾਰੀਆਂ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਲਈ ਵੋਟਰ ਬਣ ਸਕਦੇ ਹੋ ਜਾਂ ਆਪਣੀ ਵੋਟ ਬਣਾ ਸਕਦੇ ਹੋ, ਅਤੇ ਤੁਹਾਡੇ ਕੋਲ ਹੁਣ ਸਮਾਂ ਲਗਭਗ 1.5 ਕੁ ਮਹੀਨਾ ਹੋਰ ਹੋ ਗਿਆ, ਉਹਦੇ ਵਿੱਚ ਤੁਸੀਂ ਆਪਣੀ ਵੋਟ ਬਣਾ ਲਓ, ਜਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਸ ਪਾਸ ਕੋਈ ਹੋਰ ਰਹਿ ਗਿਆ। ਬਹੁਤਾ ਕਰਕੇ ਮੈਨੂੰ ਲੱਗਦਾ ਵੀ ਇੱਕ ਅੰਦਾਜ਼ ਇਹ ਵੀ ਸੀਗਾ, ਪਿਛਲੀ ਗੱਲ ਸੁਣੀ ਸੀ, ਉਹ ਕਹਿੰਦੇ ਕਈ ਨਾ ਬੇਬੇ ਬਾਪੂ ਬਾਹਰ ਵਿਦੇਸ਼ਾਂ 'ਚ ਗਏ ਅਤੇ ਠੰਡ ਜੀ 'ਚੋਂ ਮੁੜ ਆਉਂਦੇ ਵਾਪਸ। ਹੁਣ ਜਿਹੜੇ ਮੇਰਾ ਖਿਆਲ ਹੁਣ ਇਹਨਾਂ ਦਿਨਾਂ ਦੇ ਵਿੱਚ 1.5 ਮਹੀਨੇ 'ਚ ਮੁੜਨਗੇ, ਉਹਨਾਂ ਵਾਲ ਵੀ ਚੱਕਰ ਵੱਜਣੇ ਸ਼ੁਰੂ ਹੋ ਜਾਣੇ, ਬਾਪੂ ਆ ਗਿਆ, ਕਹਿੰਦਾ ਹਾਂ ਯਾਰ ਤੈਨੂੰ ਹੀ ਡੀਕਦੇ ਸੀ ਵੋਟ ਬਣਾਉਣੀ ਸੀ। ਅਤੇ ਹੋ ਸਕਦਾ ਨਿਆਣੇ ਇੱਥੋਂ ਕਹਿ ਕੇ ਭੇਜਣ, ਬੇਬੇ ਉੱਥੇ ਵੋਟਾਂ ਵਾਟਾਂ ਦੇ ਚੱਕਰ 'ਚ ਨਾ ਪਿਓ, ਮੁੜ ਕੇ ਫਿਰ ਕਈ ਵਾਰੀ ਪੰਗਾ ਪੈ ਜਾਂਦਾ ਹੁੰਦਾ ਜੀ, ਤੁਸੀਂ ਆਰਾਮ ਨਾਲ ਚੁੱਪ ਕਰਕੇ ਰਮਾਨ ਨਾਲ ਘਰੇ ਰਿਹੋ। ਇੱਥੇ ਮੈਂ ਇੱਕ ਚੀਜ਼ ਕਲੀਅਰ ਕਰ ਦਿਆਂ, ਪਿਛਲੀ ਵਾਰ 12 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਸੀ ਤਾਂ 52,60,000 ਦੇ ਕਰੀਬ ਵੋਟਰ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਾਇਆ ਸੀ। ਵੋਟ ਪਾਈ ਕਿ ਨਹੀਂ ਪਾਈ ਉਹ ਇੱਕ ਅੱਡ ਗੱਲ ਹੈ। ਐਤਕੀ ਆਹ ਹੁਣ 15 ਸਤੰਬਰ ਤੱਕ 50 ਲੱਖ ਤੋਂ ਉੱਪਰ ਫਾਰਮ ਆ ਗਏ ਆ, ਜਿਹੜੇ ਪਹਿਲਾਂ 28 ਤੋਂ ਨਹੀਂ ਸੀ ਟੱਪਦੇ। 22 ਲੱਖ ਫਾਰਮ ਪਿਛਲੇ 1.5 ਮਹੀਨੇ 'ਚ ਭਰੇ ਗਏ ਆ, ਅਤੇ ਜਿਸ ਤਰੀਕੇ ਹੁਣ 1.5 ਮਹੀਨਾ ਹੋਰ ਦੇ ਤਾਂ ਮੈਨੂੰ ਲੱਗਦਾ ਕਿ 55 ਲੱਖ ਤੋਂ ਕੰਮ ਟੱਪ ਜਾਊਗਾ। ਵੈਸੇ ਹੁਣ ਜਿੰਨੇ ਕੁ ਸੱਜਣ ਯੋਗਤਾ ਪੂਰੀ ਕਰਦੇ ਹੋਣੇ, ਮੈਨੂੰ ਲੱਗਦਾ ਕਿ ਨੇੜੇ ਆ ਹੀ ਗਏ ਹੁਣ, ਫਾਰਮ ਭਰੇ ਗਏ ਹੋਣੇ ਆ। ਚਲੋ ਹੁਣ ਇਹਦਾ ਮਤਲਬ ਹੈ ਕਿ ਵੋਟਾਂ ਇਸ ਸਾਲ ਤਾਂ ਨਹੀਂ ਪੈਂਦੀਆਂ, ਜੇ 31 ਅਕਤੂਬਰ ਤੱਕ ਵੋਟਾਂ ਬਣਨੀਆਂ, ਅਗਲਾ 1 ਮਹੀਨਾ ਉਹ ਛਪਣਗੀਆਂ, ਸੁਧਾਈ ਹੋਏਗੀ, ਇਤਰਾਜ਼ ਲਏ ਜਾਣਗੇ। ਇਹ ਤਾਂ ਹੁਣ 2025 ਜਨਵਰੀ ਫਰਵਰੀ ਤੱਕ ਗੱਲ ਚੱਲੇਗੀ SGPC ਦੀ, ਇੱਧਰ ਵੋਟਾਂ ਬਣ ਜਾਣਗੀਆਂ। ਅਤੇ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ, ਸਭ ਤੋਂ ਲੰਬਾ ਸਮਾਂ SGPC ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌੜਾ, ਹੁਣ ਤਾਂ 20 ਸਾਲ ਤੋਂ ਉੱਪਰ ਦਾ ਸਮਾਂ ਮੇਰੇ ਖਿਆਲ ਹੋ ਗਿਆ, ਦੁਨੀਆਂ ਤੋਂ ਚਲੇ ਗਏ ਉਹ। ਉਹ ਟੌੜਾ ਸਾਹਿਬ ਬੜੇ ਕੇਂਦਰ ਬਿੰਦੂ ਬਣੇ ਆ। ਅੱਜ ਉਹਨਾਂ ਦੀ ਯਾਦ ਦੇ ਵਿੱਚ ਕਿ ਸੈਮੀਨਾਰ ਹੈ ਕਿ ਇਹਨਾਂ ਦੀ ਦੇਣ ਕੀ ਹੈ, ਇਹਨਾਂ ਦਾ ਯੋਗਦਾਨ ਕੀ ਹੈ ਸਿੱਖ ਧਰਮ ਦੇ ਵਿੱਚ ਜਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲਾ ਲਓ। ਪਰ ਕਮਾਲ ਦੀ ਗੱਲ ਹੈ ਕਿ ਉੱਥੇ ਇਤਰਾਜ਼ ਪ੍ਰਗਟ ਕੀਤਾ ਟੌੜਾ ਸਾਹਿਬ ਦੇ ਪਰਿਵਾਰ ਨੇ, ਉਹ ਕਹਿੰਦੇ ਜੀ SGPC ਨੇ ਸਾਨੂੰ ਹਾਲ ਨਹੀਂ ਦਿੱਤਾ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਘਰਾ ਰਹੇ ਆ। ਉਹ ਕਹਿੰਦੇ ਜੀ ਅਸੀਂ ਜਾਂ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਚਾਹੁੰਦੇ ਸੀ ਜਾਂ ਖਾਲਸਾ ਕਾਲਜ ਪਟਿਆਲੇ ਦੇ ਵਿੱਚ ਚਾਹੁੰਦੇ ਸੀ, ਦੋਨੇ ਜਗ੍ਹਾ 'ਤੇ ਸਾਨੂੰ ਹਾਲ ਦੇਣ ਤੋਂ ਨਾ ਕਰਤੀ, ਅਤੇ ਅਸੀਂ ਹੁਣ ਇਸ ਜਗ੍ਹਾ ਦੇ ਉੱਤੇ ਭਾਸ਼ਾ ਵਿਭਾਗ ਦੇ ਹਾਲ 'ਚ ਕਰਾ ਰਹੇ ਹਾਂ। ਚਲੋ ਤੁਸੀਂ ਕਰਾਓ, ਬੁਲਾਰੇ ਵੱਡੇ ਨੇ, ਉੱਥੇ ਆ ਰਹੇ ਆ, ਟੌੜਾ ਸਾਹਿਬ ਦੇ ਯੋਗਦਾਨ ਦੇ ਬਾਰੇ ਚਰਚਾ ਹੋਏਗੀ। ਦੂਸਰੇ ਪਾਸੇ 24 ਸਤੰਬਰ ਨੂੰ 100ਵਾਂ ਜਨਮ ਦਿਨ ਹੈ ਟੌੜਾ ਸਾਹਿਬ ਦਾ। 1.5 ਮਹੀਨਾ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਵਾਲੇ, ਜਿਨ੍ਹਾਂ ਵਿੱਚ ਚੰਦੂ ਮਾਹਿਰਾ ਸਾਹਿਬ, ਬੀਬੀ ਜਗੀਰ ਕੌਰ ਸਾਰੇ ਬੰਦੇ ਆ, ਉਹਨਾਂ ਨੇ ਐਲਾਨ ਕਰਤਾ ਸੀ ਕਿ ਅਸੀਂ ਇਹ 100ਵਾਂ ਜਨਮ ਦਿਨ ਮਨਾਉਣਾ। ਹੁਣ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ ਤਿਆਰੀਆਂ ਖਿੱਚਦੇ ਆ, ਉੱਦਣ ਹੀ ਉੱਥੇ ਕੀ ਕਿਤੇ ਕਿ ਅਸੀਂ ਵੀ ਜਨਮ ਦਿਨ ਮਨਾਉਣਾ। ਹੁਣ ਟੌੜਾ ਸਾਹਿਬ ਦੇ ਪਰਿਵਾਰ 'ਚੋਂ ਹਰਮੇਲ ਸਿੰਘ ਟੌੜਾ
ਅਤੇ ਨਾਲ ਦੀ ਨਾਲ ਹਰਿੰਦਰਪਾਲ ਸਿੰਘ ਟੌੜਾ, ਬੀਬੀ ਕੁਲਦੀਪ ਕੌਰ ਜੀ, ਚੰਦੂ ਮਾਰਾ ਸਾਹਿਬ ਨਾਲ ਹੋਰ ਕੁਝ ਸੱਜਣ, ਅਤੇ ਨਾਲ ਐਸ ਜੀ ਪੀ ਸੀ ਦੇ ਵਿੱਚ ਹੀ ਬਹੁਤ ਲੰਬਾ ਸਮਾਂ ਰਹੇ ਅਤੇ ਟੌੜਾ ਸਾਹਿਬ ਨੇ ਅੱਗੇ ਲੈ ਕੇ ਆਉਂਦੇ ਸੀ ਇੱਕ ਲੀਡਰ, ਉਹ ਵੀ ਨਾਲ ਬੈਠੇ ਸਾਰੇ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕਿਉਂ ਆਉਣਾ ਹੋਇਆ, ਪ੍ਰੈਸ ਕਾਨਫਰੰਸ ਕਿਉਂ ਸੱਦੀ, ਉਹ ਕਹਿੰਦੇ ਜੀ ਅਸੀਂ ਤਾਂ ਇੱਕੋ ਹੀ ਬੇਨਤੀ ਕਰਨੀ ਹੈ ਧਾਮੀ ਸਾਹਿਬ ਨੂੰ ਕਿ ਤੁਸੀਂ ਅੰਮ੍ਰਿਤਸਰ ਕਰਾ ਲਓ, ਅਸੀਂ ਅਕਾਲੀ ਦਲ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੰਥ ਨੂੰ ਦੁਫਾੜ ਨਾ ਕਰੋ। ਉਹ ਕਹਿੰਦੇ ਅੱਗੇ ਤਾਂ ਕਦੇ ਇਹਨਾਂ ਨੂੰ ਚੇਤਾ ਨਹੀਂ ਆਇਆ ਕਿ ਟੌੜਾ ਸਾਹਿਬ ਦਾ ਜਨਮਦਿਨ ਵੀ ਹੈ, ਐਤਕੀ ਹੁਣ ਚੇਤਾ ਤਾਂ ਆਇਆ ਵੀ ਅਸੀਂ ਵੱਡੀ ਪੱਧਰ ਦੇ ਉੱਤੇ ਕਰਨ ਲੱਗੇ। ਸੰਧਾਲੀਆ ਸਾਹਿਬ, ਮੈਂ ਹੈਰਾਨ ਸੀ ਕਿ ਟੌੜਾ ਸਾਹਿਬ ਇੰਨੇ ਕੇਂਦਰ ਬਿੰਦੂ 'ਚ ਕਿਉਂ, ਕਿਉਂਕਿ ਜਿੱਥੇ ਕੁ ਮੇਰਾ ਪਿੰਡ ਪੈਂਦਾ ਉਹ ਕਦੇ ਆਦਮਪੁਰ ਵਿਧਾਨ ਸਭਾ ਹਲਕੇ 'ਚ ਹੁੰਦਾ ਸੀ। ਉੱਥੋਂ 1997 ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਹੈ ਤਾਂ 22 ਇਲੈਕਸ਼ਨ ਆ ਗਈ ਆਦਮਪੁਰ ਦੀ, ਕਾਂਗਰਸੀਆਂ ਵੱਲੋਂ ਕਮਲਜੀਤ ਸਿੰਘ ਲਾਲੀ ਖੜ੍ਹੇ ਅਤੇ ਉੱਧਰਲੇ ਪਾਸੇ ਦਲਵੀਰ ਸਿੰਘ ਧੀਰੋਵਾਲ ਹੋਰਾਂ ਨੂੰ ਟਿਕਟ ਦੇ ਦਿੱਤੀ ਅਕਾਲੀਆਂ ਨੇ। ਵੱਡੇ ਬਾਦਲ ਸਾਹਿਬ ਆਏ, ਪ੍ਰਚਾਰ ਕੀਤਾ ਖੂਬ, ਸਾਰਾ ਲਾਮ ਲਸ਼ਕਰ ਮੰਤਰੀ ਮੰਡਲ ਉੱਥੇ ਬੈਠਾ। 6 ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਦਲਵੀਰ ਸਿੰਘ ਧੀਰੋਵਾਲ ਹਾਰ ਗਏ। ਉਹਦੇ ਤੋਂ ਬਾਅਦ ਗੱਲ ਚੱਲਦੀ ਚੱਲਦੀ ਅੱਗੇ ਗਈ, ਟੌੜਾ ਸਾਹਿਬ ਨੇ ਮਾੜੀ ਜਿਹੀ ਗੱਲ ਕਰ ਦਿੱਤੀ ਕਿ ਪ੍ਰਧਾਨਗੀ ਵੀ ਬਾਦਲ ਸਾਹਿਬ ਕੋਲ ਹੈ, ਮੁੱਖ ਮੰਤਰੀ ਵੀ ਉਹੀ ਨੇ, ਕਾਰਜਕਾਰੀ ਪ੍ਰਧਾਨ ਬਣਾ ਲਓ, ਪਾਰਟੀ ਵਧੀਆ ਚੱਲੂ, ਇਹਦਾ ਹਾਰਾ ਨਹੀਂ ਠੀਕ। ਫਿਰ ਜੋ ਕੁਝ ਟੌੜਾ ਸਾਹਿਬ ਦੇ ਨਾਲ ਹੋਇਆ ਸੀ, ਜਿਸ ਤਰੀਕੇ ਨੁੱਕਰੇ ਲਾਏ ਗਏ ਸੀ, ਪਾਰਟੀ 'ਚੋਂ ਵੀ ਬਾਹਰ ਕੱਢੇ ਗਏ ਸੀ, ਉਹਨਾਂ ਨੇ ਸਰਬਹਿੰਦ ਅਕਾਲੀ ਦਲ ਬਣਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਲਾਹੇ, ਉਸ ਬੰਦੇ ਦਾ ਅੱਜ ਇੰਨਾ ਹੇਜ ਕਿਉਂ ਜਦ ਟੌੜਾ ਸਾਹਿਬ ਦਾ, ਜਿਨ੍ਹਾਂ ਨੂੰ ਉਮਰ ਦੇ ਇੱਕ ਬਹੁਤ ਵੱਡਾ ਲੰਬਾ ਪੈਂਡਾ ਤੈਅ ਕਰਨ ਤੋਂ ਬਾਅਦ ਇਸ ਤਰੀਕੇ ਖਿਲਾਰ ਕੇ ਰੱਖ ਦਿੱਤਾ ਗਿਆ ਸੀ, ਅੱਜ ਉਹਨਾਂ ਦਾ ਜਨਮਦਿਨ ਦੋ ਜਗ੍ਹਾ ਦੇ ਉੱਤੇ, ਪਹਿਲਾਂ ਕਿਸੇ ਨੂੰ ਚੇਤਾ ਵੀ ਨਹੀਂ ਸੀ ਆਉਂਦਾ। ਮੈਨੂੰ ਲੱਗਦਾ ਕਿ ਹੁਣ ਅਕਾਲੀ ਸਿਆਸਤ ਦੇ ਵਿੱਚ ਸ਼ਿਕ ਵੱਜਣ ਵਾਲੀ ਹੈ। ਵੈਸੇ ਮੈਂ ਸੋਚਦਾ ਵੀ ਤੁਸੀਂ ਦੇਖੋ ਵੀ ਲਗਭਗ 2.5 ਦਹਾਕਿਆਂ ਤੋਂ ਵੱਧ ਜਿਸ ਸ਼ਖਸੀਅਤ ਦੇ ਕੋਲ ਪ੍ਰਧਾਨਗੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਹੁਣ ਮੈਨੂੰ ਐਗਜੈਕਟ ਤਾਂ ਨਹੀਂ ਪਤਾ, ਪਰ ਮੈਂ ਆਸ ਕਰਦਾ ਵੀ ਜਿਹੜੇ ਹਾਲਾਂ ਦੇ ਵਿੱਚ ਇਹ ਪਰਮਿਸ਼ਨ ਮੰਗਦੇ ਨੇ, ਸ਼ਾਇਦ ਉਹ ਹਾਲ ਵੀ ਕਿਤੇ ਉਦੋਂ ਉਹਨਾਂ ਦੀ ਪ੍ਰਧਾਨਗੀ 'ਚ ਬਣੇ ਹੋਣ ਜੀ। ਅਤੇ ਜੇ ਨੇਕ ਰੂਹ ਕਿਤੇ ਦੇਖਦੀ ਹੋਵੇ ਉੱਤੋਂ, ਤਾਂ ਉਹ ਸੋਚਦੇ ਹੋਣਗੇ ਵੀ ਯਾਰ ਉਦੋਂ ਨੀਆਂ ਪੁੱਟ ਕੇ ਅਤੇ ਇੱਟਾਂ ਉੱਟਾਂ ਲਾਉਂਦੇ, ਆਮ ਉਦੋਂ ਸੇਵਾ ਵਾਲੇ ਬੰਦੇ ਦੇਖੇ ਸੀਗੇ, ਕੋਈ ਪਤਾ ਥੋੜ੍ਹਾ ਸੀ ਵੀ ਕਦੀ ਉਹਨਾਂ ਹੀ ਥਾਵਾਂ ਦੇ ਉੱਪਰ ਸਮਾਗਮ ਕਰਨ ਦੇ ਲਈ ਵੀ ਇਜਾਜ਼ਤ ਨਹੀਂ ਮਿਲਦੀ। ਮੈਂ ਨਾ ਸਮੇਂ ਦੀਆਂ ਗੱਲਾਂ ਇੱਕ ਚੀਜ਼ ਕਲੀਅਰ ਕਰ, ਸੁਰਜੀਤ ਸਿੰਘ ਗੜੀ ਐਸ ਸੀ ਪੀ ਸੀ ਮੈਂਬਰ ਨੇ, ਉਹ ਕਹਿੰਦੇ ਜੀ ਲਿਖਤੀ ਸਾਡੇ ਕੋਲ ਆਈ ਨਹੀਂ ਕੋਈ ਅਰਜ਼ੀ, ਅਸੀਂ ਫਿਰ ਦਈਏ ਕਿੱਥੋਂ, ਚਲੋ ਆਪਾਂ ਇਹਦੇ 'ਚ ਨਹੀਂ ਪੈਂਦੇ, ਮੈਨੂੰ ਸੀ ਵੀ ਪੱਖ ਰੱਖ ਦਈਏ ਆਪਾਂ ਮੋਟੀ ਜੀ ਗੱਲ ਇਹਨੂੰ ਇੱਦਾਂ ਦੇਖਦੇ ਹਾਂ ਵੀ ਇਹ ਹੈ ਤਾਂ ਇੱਕ ਤਰ੍ਹਾਂ ਦੀ ਲੜਾਈ ਨਾ, ਘਰੇ ਜਾ ਕੇ ਕਹਿਣ ਵਾਲੀ ਗੱਲ ਸੀ ਇੱਥੇ ਕਰਾਓ। ਹਾਂ, ਇਹ ਜਿਹੜੀ ਅੰਦਰੂਨੀ ਜੀ ਲੜਾਈ ਹੈ, ਨਾ ਹੁੰਦੀ ਤਾਂ ਚੰਗੀ ਗੱਲ ਸੀ। ਦੇਖੋ ਇੱਕ ਗੱਲ ਆ, ਇਹ ਮੈਂ ਤਾਂ ਜਦੋਂ ਤੁਸੀਂ ਗੱਲ ਛੇੜੀ ਉੱਦਾਂ ਹੀ ਮੈਂ ਛੇੜੀ ਵੀ ਯਾਰ ਤੁਸੀਂ ਦੇਖੋ ਨਾ ਵੀ 2.5 ਦਹਾਕੇ ਤੋਂ ਵੱਧ ਸਮਾਂ ਥੋੜ੍ਹਾ ਨਹੀਂ ਹੁੰਦਾ, 25-28 ਸਾਲ ਵੀ ਆਪਾਂ ਲਾ ਲਈਏ ਜੀ, ਤਾਂ ਵੀ ਕਿੰਨਾ ਕੁਛ ਹੋ ਗਿਆ ਹੋਣਾ। ਅਤੇ ਉਸ ਸ਼ਖਸੀਅਤ ਨੂੰ ਜੇ ਮੰਨ ਲਓ ਵੀ ਉਹਨਾਂ ਦਾ ਕੋਈ ਸਮਾਗਮ ਆ, ਉਹਨਾਂ ਨਾਲ ਸੰਬੰਧਿਤ ਕੋਈ ਵੀ ਚੀਜ਼ ਹੋਣੀ ਆ, ਮੈਨੂੰ ਲੱਗਦਾ ਹੁੰਦਾ ਵੀ ਉੱਥੇ ਕਿੰਤੂ ਤਾਂ ਆਉਣਾ ਹੀ ਨਹੀਂ ਚਾਹੀਦਾ, ਬਾਕੀ ਆਖਣ ਵੀ ਚਲੋ ਅਗਲੀ ਗੱਲ ਦੱਸੋ ਜੀ ਇਹ ਤਾਂ ਹੋ ਗਿਆ ਜੀ। ਪਰ ਜੇ ਇੱਥੇ ਆਣ ਕੇ ਵੀ ਮੰਨ ਲਓ ਵੀ ਉਹ ਇਸ ਕਰਕੇ ਲੜਾਈ ਆ ਵੀ ਫਲਾਨਾ 'ਚ ਆ ਰਿਹਾ ਅਤੇ ਆਪਾਂ ਠੇਬੀ ਲਾਉਣੀ ਆ, ਇਹ ਅੱਗੇ ਨਾ ਨਿਕਲ ਜੇ ਆਪਾਂ ਉਹ ਤੋਂ ਅੱਗੇ ਨਿਕਲਣਾ, ਆਪਾਂ ਮੇਰਾ ਖਿਆਲ ਬੜੇ ਦਿਨਾਂ ਤੋਂ ਇਹ ਗੱਲ ਕੰਟੀਨਿਊ ਕਰਦੇ ਆਉਂਦੇ ਹਾਂ ਵੀ ਜੇ ਅਕਾਲੀ ਲੀਡਰਸ਼ਿਪ ਚਾਹੇ ਉਹ ਸੁਧਾਰ ਲਹਿਰ ਵਾਲੇ ਚਾਹੇ ਮੁੱਖ ਅਕਾਲੀ ਧੜਾ, ਜੇ ਉਹਨਾਂ ਦੀ ਨੀਤੀ ਜਾਂ ਉਹਨਾਂ ਦੇ ਨੀਤੀ ਘੜੇ ਜਾਂ ਉਹਨਾਂ ਦੇ ਸਲਾਹਕਾਰ ਅਜੇ ਵੀ ਉਸ ਕਮਰੇ ਦੇ ਵਿੱਚ ਬੈਠ ਕੇ ਸਿਰਫ ਇਹੋ ਹੀ ਗੱਲਾਂ ਕਰਦੇ ਵੀ ਅੱਛਾ ਫਲਾਨੇ ਨੇ ਐਂ ਕਿਹਾ, ਇਹਨੂੰ ਫਿਰ ਠੇਬੀ ਕਿੱਦਾਂ ਲਾਈਏ, ਅਤੇ ਫਿਰ ਉਹ ਭੁੱਲ ਜਾਣ ਕੇ ਵੀ ਅਜੇ ਵੀ ਉਹ ਜਿਹੜੀ ਗੱਲ ਵਿਗੜੀ ਸੀ, ਕਿਉਂਕਿ ਲੋਕ ਮਨਾਂ ਦੇ ਵਿੱਚ ਗੱਲ ਵਿਗੜੀ ਹੈ, ਅਕਾਲੀ ਦਲ ਦੇ ਅੰਦਰ ਕੀ ਹੋਇਆ ਉਹ ਉਹਦਾ ਰਿਜ਼ਲਟ ਆ। ਅਤੇ ਜੇ ਆਪਾਂ ਇਹ ਆਖੀਏ ਵੀ ਅਕਾਲੀ ਦਲ ਦੇ ਅੰਦਰ ਆਪਾਂ ਸਾਰਾ ਕੁਛ ਸੁਧਾਰ ਲਾਂਗੇ, ਲੋਕ ਮਨਾਂ 'ਚ ਆਪੇ ਕੁਛ ਸੁਧਰ ਜੂਗਾ, ਇੱਦਾਂ ਨਹੀਂ ਹੋਣਾ ਜੀ। ਪਹਿਲਾਂ ਲੋਕ ਮਨਾਂ ਦੇ ਵਿੱਚ ਉਹ ਸਾਰੇ ਕੁਛ ਨੂੰ ਸੈੱਟ ਕਰਨਾ ਪੈਣਾ, ਉਸ ਤਸਵੀਰ ਨੂੰ, ਉਹ ਸਾਰੇ ਕੁਛ ਨੂੰ ਜਿੱਥੇ ਜਿੱਥੇ ਵੀ ਕੋਈ ਤਾਰ ਢਿੱਲੀ ਆ, ਲੋਕਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵਿਸ਼ਵਾਸ ਦਿਵਾਉਣਾ ਪੈਣਾ ਵੀ ਨਹੀਂ ਜੀ ਅਸੀਂ ਉਹ ਆਹ ਚੀਜ਼ ਨੂੰ ਇੱਦਾਂ ਨਹੀਂ ਹੁਣ ਇੱਦਾਂ ਕਰ ਲਿਆ ਜੀ, ਲੋਕ ਵੀ ਮੰਨਣ ਵੀ ਨਹੀਂ ਜੀ ਹੁਣ ਇਹ ਸਹੀ ਰਸਤੇ 'ਤੇ ਆ ਗਏ, ਆਪਣੇ ਅੰਦਰ ਕੀ ਚੱਲ ਰਿਹਾ ਉਹ ਆਪਣੇ ਆਪ ਹੀ ਠੀਕ ਹੋ ਜਾਣਾ।
ਹੁਣ ਤੁਸੀਂ ਦੇਖੋ ਵੀ ਜੇ ਉਹ ਮੰਨ ਲਓ ਵੀ ਉਹਨਾਂ ਦੇ ਉਹ ਸੌਵੇਂ ਜਨਮ ਦਿਨ ਦੇ ਉਸ ਸਮਾਗਮ ਨੂੰ ਮਨਾਉਣ ਦੇ ਲਈ ਦੋਵੇਂ ਜਣੇ ਜਾਣਗੇ, ਇਹ ਉਹ ਸੇਮ ਹੀ ਗੱਲ ਹੋਣੀ ਜਿੱਦਾਂ ਪਹਿਲਾਂ ਹੋਈ ਸੀ ਉਹ ਇੱਕ ਸਮਾਗਮ ਤੁਰ ਸਾਹਿਬ ਵਾਲਾ, ਨਹੀਂ ਇਸ ਤੋਂ ਪਹਿਲਾਂ ਵੀ ਲੌਂਗੋਵਾਲ ਸਾਹਿਬ ਵਾਲਾ, ਲੌਂਗੋਵਾਲ ਸਾਹਿਬ ਵਾਲਾ, ਲੌਂਗੋਵਾਲ ਸਾਹਿਬ ਦੇ ਸਮਾਗਮ ਤੇ ਵੀ ਮੁੜ ਕੇ ਬਾਅਦ ਵਿੱਚ ਫੋਟੋਆਂ ਇਹ ਲੱਗਦੀਆਂ ਸੀ ਵੀ ਇੱਧਰ ਇਕੱਠ ਜ਼ਿਆਦਾ ਕਿ ਇੱਧਰ ਇਕੱਠ ਜ਼ਿਆਦਾ, ਮਤਲਬ ਜੇ ਅਸੀਂ ਆਪਸ ਦੇ ਵਿੱਚ ਇਕੱਠ ਹੀ ਕੰਪੇਅਰ ਕਰਨੇ ਹਾਂ ਤਾਂ ਉਹ ਵੀ ਹੁਣ ਜੇ ਆਪਾਂ ਜਿਹਦਾ ਟੌੜਾ ਸਾਹਿਬ ਦੇ ਸਮਾਗਮ ਤੇ ਵੀ ਇਕੱਠ ਹੀ ਕੰਪੇਅਰ ਕਰਨੇ ਆ ਤੇ ਫਿਰ ਸ਼ਾਇਦ ਜਿਹੜੀ ਚੀਜ਼ ਦੀ ਲੋੜ ਆ ਉਸ ਪਾਸੇ ਦੋਵੇਂ ਧਿਰ ਹੀ ਨਹੀਂ ਤੁਰ ਰਹੇ। ਮੈਂ ਤਾਂ ਸੰਧਾਲੀਆ ਸਾਹਿਬ ਇੱਥੇ ਕਰਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਦੇਖ ਲਿਓ ਕਿ ਦੋਵੇਂ ਧੜੇ, ਇੱਕ ਦੇ ਵਿੱਚ ਚੰਦੂ ਮਾਜਰਾ ਸਾਹਿਬ ਨੇ, ਬੀਬੀ ਜਗੀਰ ਕੌਰ ਹੋਰੀ ਨੇ, ਰੱਖੜਾ ਸਾਹਿਬ ਨੇ, ਸਾਰੇ ਵੱਡੇ ਵੱਡੇ ਸਾਹਿਬ ਨੇ, ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਨੇ, ਭੁੰਦੜ ਸਾਹਿਬ ਪਟਿਆਲੇ ਤਿਆਰੀਆਂ ਦਾ ਜਾਇਜ਼ਾ ਲੈ ਕੇ ਆਏ ਆ ਕਿ ਟੌੜਾ ਸਾਹਿਬ ਦਾ ਸੌਵਾਂ ਜਨਮ ਦਿਨ ਮਨਾਉਣਾ ਕਾਰਜਕਾਰੀ ਪ੍ਰਧਾਨ। ਜਿਸ ਤਰੀਕੇ ਜਿਹਦਾ ਟੌੜਾ ਵਿਚਰਦੇ ਸੀ, ਜਿਸ ਤਰੀਕੇ ਉਹਨਾਂ ਦਾ ਸਾਦਾ ਰਹਿਣ ਬਹਿਣ ਸੀ, ਜਿਸ ਤਰੀਕੇ ਆਮ ਲੋਕਾਂ ਦੀ ਉਹਨਾਂ ਤੱਕ ਪਹੁੰਚ ਸੀ, ਜਿਸ ਤਰੀਕੇ ਅਕਾਲੀ ਦਲ ਨੂੰ, ਸਿੱਖ ਪੰਥ ਨੂੰ ਜਾਂ ਅਕਾਲੀ ਸਿਆਸਤ ਨੂੰ ਉਹ ਦੇਖਦੇ ਸੀ, ਉਹਨਾਂ ਵਾਂਗੂ ਕੋਈ ਦੇਖੂ? ਉਹਨਾਂ ਵਾਂਗੂ ਸਾਦੇ ਰਹਿ ਲਓਗੇ? ਉਹਨਾਂ ਦੀਆਂ ਪ੍ਰੋਪਰਟੀਆਂ ਦੇਖ ਲਓ, ਉਹਨਾਂ ਦਾ ਘਰ ਦੇਖ ਲਓ, ਤੁਸੀਂ ਸਾਰੇ ਆਪਣੇ ਦੇਖ ਲਓ। ਹਾਂ, ਜਾਣੀ ਇੱਕ ਮੋਟੀ ਜਿਹੀ ਗੱਲ ਹੈ ਨਾ ਕਿ ਠੀਕ ਹੈ ਜਨਮਦਿਨ ਤੁਸੀਂ ਮਨਾ ਲਓਗੇ, ਸਾਨੂੰ ਚੰਗਾ ਲੱਗੂਗਾ ਕਿ ਤੁਸੀਂ ਉਹਨਾਂ ਦਾ ਜਨਮਦਿਨ ਮਨਾਇਆ, ਵੱਡੇ ਲੀਡਰ ਸੀ ਬਾਈ। ਪਰ ਦੂਸਰੇ ਪਾਸੇ ਵੀ ਜੋ ਉਹ ਕਰਦੇ ਰਹੇ, ਜਿਹਦੇ ਕਰਕੇ ਅੱਜ ਯਾਦ ਕਰਦੇ ਉਹਨਾਂ ਨੂੰ, ਕੀ ਉਹਨਾਂ ਵਾਲੇ ਪਾਸੇ ਨੂੰ ਇੱਕ ਕਦਮ ਵੀ ਤੁਹਾਡੇ 'ਚੋਂ ਕੋਈ ਤੁਰ ਸਕੂਗਾ? ਦੋਵੇਂ ਪਾਸੇ ਬਹੁਤ ਲੀਡਰ ਨੇ ਜਿਨ੍ਹਾਂ ਨੂੰ ਹੱਥ ਫੜ ਕੇ, ਉਂਗਲੀ ਫੜ ਕੇ, ਜਿਹਦਾ ਗੁਰਚਰਨ ਸਿੰਘ ਟੌੜਾ ਰਾਜਨੀਤੀ ਦੇ ਵਿੱਚ ਲੈ ਕੇ ਆਏ ਸੀ ਕਿ ਤੂੰ ਚੰਗਾ ਹੈ ਭਾਈ, ਇਹਦੇ ਵਿੱਚ ਮੈਨੂੰ ਠੀਕ ਲੱਗਦਾ, ਆਹ ਤੁਰ ਤੈਨੂੰ ਸਿਆਸਤ 'ਚ ਲੈ ਕੇ ਆਈਏ। ਵੈਸੇ ਇਹ ਗੱਲ ਆ, ਆਪਾਂ ਜਿੰਨੀ ਕੁ ਗੱਲ, ਕਿਉਂਕਿ ਆਪਾਂ ਉਦੋਂ ਇੰਨੀ ਸਮਝ ਦੇ ਮਾਲਕ ਨਹੀਂ ਸੀ ਜਦੋਂ ਇਹ ਸਾਰਾ ਕੁਛ ਘਟਿਆ ਵਾਪਰਿਆ, ਜਿੰਨਾ ਕੁ ਆਪਾਂ ਪੜ੍ਹਿਆ ਜਾਂ ਵਾਚਿਆ, ਉਹਦੇ 'ਚ ਕਿਤੇ ਨਾ ਕਿਤੇ ਟਸਲ ਤਾਂ ਇਹੋ ਜਾਪਦੀ ਸੀ ਵੀ ਅੱਛਾ ਯਾਰ ਕੌਣ ਵੱਡਾ ਹੋ ਰਿਹਾ, ਵੀ ਅੱਛਾ ਯਾਰ ਟੌੜਾ ਸਾਹਿਬ ਦਾ ਕੱਦ ਬੁੱਤ ਵੱਡਾ ਨਾ ਹੋ ਜੇ, ਅੱਛਾ ਫਿਰ ਇਹਨਾਂ ਦਾ ਕੱਦ ਬੁੱਤ ਨੂੰ ਐਂ ਕਰਨ ਦੇ ਲਈ ਕਿਹਦਾ ਕੱਦ ਬੁੱਤ ਵਧਾਇਆ ਜਾਵੇ, ਕਿੱਥੋਂ ਕਿਹੜੀ ਚੀਜ਼ ਕਿੱਦਾਂ ਕੀਤੀ ਜਾਵੇ। ਹੁਣ ਜੇ ਤਾਂ ਉਸ ਕੱਦ ਬੁੱਤ ਨੂੰ ਵਧਾਉਣ ਦੇ ਨਾਲ ਅੱਜ 2024 ਦੇ ਵਿੱਚ ਆਪਾਂ ਜਿਹੜੀ ਦੋ ਸ਼ਖਸੀਅਤਾਂ ਦੀ ਗੱਲ ਕਰ ਰਹੇ ਹਾਂ, ਜਿਸ ਦਾ ਟੌੜਾ ਸਾਹਿਬ ਦੀ ਗੱਲ ਕਰ ਲਈ ਜਾਂ ਉਦੋਂ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਸੀ ਵੱਡੇ ਬਾਲ ਸਾਹਿਬ ਦੀ ਆਪਾਂ ਗੱਲ ਕਰ ਲਈ, ਦੋਵੇਂ ਦੁਨੀਆ ਦੇ ਨਹੀਂ ਜੀ। ਹੁਣ ਸਮਾਂ ਤਾਂ ਹੌਲੀ ਹੌਲੀ ਨਿਕਲ ਹੀ ਜਾਂਦਾ ਨਾ, ਅਤੇ ਜੇ ਉਦੋਂ ਵੱਡੇ ਬਾਲ ਸਾਹਿਬ ਨੇ ਫੈਸਲਾ ਲਿਆ ਸੀ ਵੀ ਇਹਨਾਂ ਦਾ ਕੱਦ ਬੁੱਤ ਵੱਡਾ ਨਾ ਹੋ ਜੇ, ਅਤੇ ਉਹਨਾਂ ਨੇ ਜੋ ਕੁਛ ਉਦੋਂ ਕਰ ਦਿੱਤਾ ਉਹਦੇ ਨਾਲ ਅੱਜ ਜੇ ਇਹ ਜਾਪੀਏ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕੋਈ ਫਾਇਦਾ ਹੋ ਗਿਆ ਤਾਂ ਕੋਈ ਨਜ਼ਰ 'ਤੇ ਆਉਂਦਾ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਤੁਸੀਂ ਹੋ ਉੱਥੇ ਜਿਵੇਂ ਜੇ ਤੁਸੀਂ ਸਹੀ ਫੈਸਲੇ ਲੈਂਦੇ ਹੋ ਲੋਕ ਉਹਨੂੰ ਯਾਦ ਰੱਖਦੇ ਆ, ਕੋਈ ਗਲਤ ਲੈ ਲੈਂਦੇ ਉਹਨੂੰ ਵੀ ਯਾਦ ਰੱਖਦੇ ਆ, ਅਤੇ ਗਾਂਹ ਜਿਹੜੀ ਆਉਣ ਵਾਲੀ ਪੀੜ੍ਹੀ ਹੁੰਦੀ ਆ ਉਹ ਉਹਦੇ ਕਰਮਾਂ ਦਾ ਫਲ ਆ ਵੀ ਜੇ ਤਾਂ ਉਹ ਸਹੀ ਵਿਚਰਦੇ ਆ ਲੋਕ ਬੱਲੇ ਬੱਲੇ ਕਰਦੇ ਆ, ਜਿੱਥੇ ਕਿਤੇ ਕੋਈ ਗਲਤੀ ਹੋ ਜਾਂਦੀ ਜਾਂ ਕੋਈ ਕਮੀ ਪੇਸ਼ੀ ਹੋ ਜਾਂਦੀ ਲੋਕ ਆਪਣੇ ਹਿਸਾਬ ਨਾਲ ਸਜ਼ਾ ਵੀ ਦੇ ਦਿੰਦੇ ਆ। ਹੁਣ ਵਾਲਿਆਂ ਨੇ ਵਿਚਾਰਨਾ ਵੀ ਉਹਨਾਂ ਨੇ ਪਹਿਲੇ ਹਿਸਾਬ ਨਾਲ ਚੱਲਣਾ ਜੀ ਜਾਂ ਫਿਰ ਕੋਈ ਨਵਾਂ ਰਾਹ ਫੜਨਾ। ਸੰਧਾਲੀਆ ਸਾਹਿਬ ਜਦੋਂ ਨਾ ਹੜੰਬਾ ਨਹੀਂ ਸੀ ਆਇਆ, ਕਣਕ ਕੁਤਰਨ ਵਾਲੀਆਂ ਗਾਹੁਣ ਵਾਲੀਆਂ ਮਸ਼ੀਨਾਂ ਛੋਟੀਆਂ ਹੁੰਦੀਆਂ ਸੀ ਤਾਂ ਰੁੱਗ ਛੋਟਾ ਲਾਉਣਾ ਪੈਂਦਾ ਸੀ, ਜੇ ਰੁੱਗ ਵੱਡਾ ਲਾਉਂਦੇ ਉਹ ਤੋਂ ਦੁੱਧ ਕਰਨ ਲੱਗ ਪੈਂਦੇ, ਉਹਦੇ ਉਹਨਾਂ ਨੇ ਜ਼ੋਰ ਜਿਹਾ ਮੰਨਣ ਲੱਗ ਪੈਣਾ ਨਾ, ਜਿੱਦਾਂ ਜੇ ਮੈਨੂੰ ਤੁਸੀਂ ਇੱਕ ਬਾਹ ਨਾ ਵੀ ਫੜ ਲਓ ਤਾਂ ਮੈਂ ਸਾਰਾ ਜ਼ੋਰ ਲਾ ਕੇ ਕੱਚਾ ਹੈ ਤੂੰ ਮਰੀ ਜਾਵਾਂ। ਉਦੋਂ ਅਸੀਂ ਦੇਖਿਆ ਸੀ ਕਿ ਪੀਪੇ ਕਣਕ ਦੇ ਆਉਣੇ, ਬਜ਼ੁਰਗ ਬੈਠੇ ਹੋਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਉਹਨਾਂ ਨੇ ਬਲਕਤਾ ਕਹਿ ਕੇ ਸ਼ੁਰੂ ਕਰਨੀ, ਬਰਕਤ ਜੇ ਉਹ ਅੱਗੇ ਸਾਰਾ ਕੁਛ ਚੱਲਣਾ, ਬਾਬੇ ਦਾ ਨਾਂ ਲੈਣਾ, ਉਹ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਗਿਣਤੀ ਉਹਨਾਂ ਨੂੰ ਪੂਰੀ ਆਉਂਦੀ ਸੀ, ਉਹ ਹਿਸਾਬ ਕਿਤਾਬ ਉੱਪਰ ਥੱਲੇ ਤੱਕ ਸਾਰਾ ਕਰ ਲੈਂਦੇ ਸੀ। ਸਾਡੀਆਂ ਬੀਬੀਆਂ ਨੇ ਵੀ ਘਰਾਂ ਦੇ ਵਿੱਚ ਇੱਦਾਂ ਹੀ ਕਰਨਾ ਹਿਸਾਬ ਕਿਤਾਬ, ਮੈਨੂੰ ਨਹੀਂ ਲੱਗਦਾ ਕਿ ਕਦੇ ਗਲਤੀ ਲੱਗੀ ਹੋਣੀ। ਮੇਰੇ ਕਹਿਣ ਦਾ ਭਾਵ ਕਿ ਜਿਹੜੇ ਲੋਕ ਪੜ੍ਹੇ ਲਿਖੇ ਨਹੀਂ ਜਾਂ ਜਿਹੜੇ ਲੋਕ ਘੱਟ ਪੜ੍ਹੇ ਲਿਖੇ ਨੇ, ਅਸੀਂ ਉਹਨਾਂ ਦੀ ਸਮਰੱਥਾ ਨੂੰ ਘੱਟ ਕਰਕੇ ਨਹੀਂ ਜਾਣ ਰਹੇ, ਪਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਚੱਲਦੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਰਪੰਚ ਕਿਉਂ ਨਾ ਪੜ੍ਹੇ ਲਿਖੇ ਹੋਣ, ਕਿਉਂ ਨਾ BA ਪਾਸ ਹੋਣ, ਜਿਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਜਿਨ੍ਹਾਂ ਨੇ 16 ਜਮਾਤਾਂ ਜਾਂ 14 ਕਹਿ ਲਓ ਪਾਸ ਕੀਤੀਆਂ, ਹੁਣ ਮੈਨੂੰ 16-14 ਦਾ ਹਿਸਾਬ ਨਹੀਂ ਆਉਂਦਾ ਹੁੰਦਾ, 12ਵੀਂ ਕਰਕੇ 3 ਸਾਲ BA 'ਚ ਲੱਗਦੇ, 15 ਬਣਦੀਆਂ, ਵੀ ਉਹ 15 ਅਸੀਂ ਕਦੇ 14-16 'ਤੇ ਰਹਿ ਗਏ।
ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਬੀ ਏ ਪਾਸ ਹੋਵੇ ਸਰਪੰਚ, ਹਾਲਾਂਕਿ ਪ੍ਰੈਕਟੀਕਲੀ ਐਤਕੀ ਸ਼ਾਇਦ ਉਹ ਸੰਭਵ ਨਾ ਹੋਵੇ, ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀਆਂ ਤਬਦੀਲੀਆਂ ਕਰਾਉਣੀਆਂ ਸੀ ਉਹ ਰਾਜਪਾਲ ਸਾਹਿਬ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ ਚੋਣ ਨਿਸ਼ਾਨ ਆ ਹੋਣ ਜਾਂ ਬਲਾਕ ਪੱਧਰ ਦੇ ਉੱਤੇ ਰੈਜ਼ਰਵੇਸ਼ਨ ਵਾਲਾ ਕੰਮ ਚੱਲਣਾ। ਜੇ ਕਾਨੂੰਨ ਨਾ ਵੀ ਬਣੇ, ਇਹ ਕਾਨੂੰਨ ਅਸੀਂ ਪਿੰਡਾਂ 'ਚ ਤਾਂ ਬਣਾ ਹੀ ਸਕਦੇ ਹਾਂ ਕਿ ਪੜ੍ਹਿਆ ਲਿਖਿਆ ਬੰਦਾ ਹੋਊਗਾ, ਪੰਚਾਇਤ ਸੈਕਟਰੀ ਦੀ ਸਾਰੇ ਹਿਸਾਬ ਕਿਤਾਬ ਸਮਝ ਸਕਦਾ, ਕਿੱਥੋਂ ਫੰਡ ਆਉਣੇ ਆ, ਕੇਂਦਰ ਦੀਆਂ ਕਿਹੜੀਆਂ ਗਰਾਂਟਾਂ ਸਿੱਧੀਆਂ ਆ ਸਕਦੀਆਂ, ਸੂਬੇ ਦੀ ਕਿਹੜੀ ਗਰਾਂਟ ਜਿਹੜੀ ਉਹ ਸਿੱਧੀ ਲੱਗ ਸਕਦੀ ਹੈ, ਕਿੰਨੇ ਪੈਸੇ ਆਉਣਗੇ ਤਾਂ ਸਹੀ ਬਿਨਾਂ ਰਿਸ਼ਵਤ ਦਿੱਤਿਆਂ ਸਾਰੇ ਪੈਸੇ ਪਿੰਡ ਲਾਉਣੇ ਆ, ਜਾਂ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਹੋਰ ਕੀ ਕੀਤਾ ਜਾ ਸਕਦਾ, ਬੜਾ ਕੁਛ ਹੈ। ਘੱਟੋ ਘੱਟ ਪੜ੍ਹਿਆ ਲਿਖਿਆ ਸਰਪੰਚ ਹੋਊਗਾ, ਅਖਬਾਰ ਪੜ੍ਹਦਾ ਹੋਊਗਾ, ਆਨਲਾਈਨ ਚੀਜ਼ਾਂ ਦੇਖਦਾ ਹੋਊਗਾ, ਘਰੇ ਉਹਦੇ ਕੰਪਿਊਟਰ ਪ੍ਰਿੰਟਰ ਹੋਊਗਾ, ਪ੍ਰਿੰਟ ਕੱਢ ਕੇ ਲਾ ਦਿਓ ਜੀ ਭਰਤੀ ਖੁੱਲ੍ਹੀ ਆ, ਇਹਦਾ ਐਡਮਿਸ਼ਨ ਸ਼ੁਰੂ ਹੈ, ਇੱਕ ਨੋਟਿਸ ਬੋਰਡ ਹੀ ਪਿੰਡ 'ਚ ਬਣ ਜਾਏ, ਪਿੰਡ ਦੇ ਵਿੱਚ ਪਤਾ ਲੱਗ ਜਾਏ ਕਿਤੇ ਸਿਲਾਈ ਸਿਖਾਉਣ ਦਾ ਕੋਈ ਕੋਰਸ ਕਰਾਉਣਾ। ਸਰਕਾਰ ਦੀਆਂ ਬਹੁਤ ਸਕੀਮਾਂ ਮੁਫ਼ਤ ਕਰਾਉਂਦੇ ਆ, ਕਿਤੇ ਕੋਈ ਮੋਬਾਈਲ ਰਿਪੇਅਰ ਦਾ ਕੋਈ ਕੋਰਸ ਕਰਾਉਣਾ ਕਿਸੇ ਨੂੰ, ਪਿੰਡ ਦੇ ਵਿੱਚ ਹੀ ਆ ਕੇ ਸਿਖਾ ਜਾਂਦੇ ਆ, ਪਰ ਉਹ ਤਾਂ ਪਤਾ ਹੋਊਗਾ ਜੇ ਸਰਪੰਚ ਪੜ੍ਹਿਆ ਲਿਖਿਆ ਹੋਊਗਾ ਕਿ ਇੱਧਰਲੇ ਪਾਸੇ ਨੂੰ ਗੱਲ ਤੁਰ ਸਕਦੀ ਹੈ। ਮੈਂ ਫਿਰ ਕਹਿੰਦਾ ਕਿ ਅਸੀਂ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਲੋਕਾਂ ਦੀ ਸਮਰੱਥਾ ਨੂੰ ਘੱਟ ਕਰਕੇ ਨਹੀਂ ਜਾਣਦੇ, ਪਰ ਸਮੇਂ ਦੀਆਂ ਕੁਝ ਲੋੜਾਂ ਨੇ। ਮੈਨੂੰ ਲੱਗਦਾ ਵੀ ਸਮੇਂ ਦੀਆਂ ਲੋੜਾਂ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਨਾ, ਤੁਸੀਂ ਅੱਜ ਤੋਂ 20 ਸਾਲ ਪਿੱਛੇ ਚਲੇ ਜਾਓ, ਅੱਜ ਤੋਂ 20 ਸਾਲ ਪਿੱਛੇ ਵਾਲਾ ਪੰਜਾਬ ਅੱਜ ਹੈ ਨਹੀਂ ਜੀ। ਇੱਕ ਗੱਲ 'ਤੇ ਮੰਨਣੀ ਪਊ ਕਿ ਅੱਜ ਤੋਂ 20 ਸਾਲ ਪਹਿਲਾਂ ਕਿੰਨੇ ਕੁ ਲੋਕ ਸੀ ਜਿਹੜੇ ਜਿਹਨਾਂ ਕੋਲ ਮੋਬਾਈਲ ਫੋਨ ਸੀ, ਜਾਂ ਮੋਬਾਈਲ 'ਤੇ ਨਿਰਭਰਤਾ ਸੀ ਆਪਾਂ ਐਂ ਕਹਿ ਲਈਏ, ਜਾਂ ਕੰਪਿਊਟਰ 'ਤੇ ਬਹੁਤ ਸਾਰਾ ਕੁਛ ਔਨਲਾਈਨ ਸੀ ਅਤੇ ਆਪਾਂ ਨੂੰ ਬਹੁਤ ਸਾਰਾ ਕੁਛ ਔਨਲਾਈਨ ਕਰਨਾ ਪੈਂਦਾ ਸੀ, ਜਾਂ ਆਪਾਂ ਇਹ ਕਹਿ ਲਈਏ ਕਿ ਵੀ 20 ਸਾਲ ਪਹਿਲਾਂ ਦੀ ਜੋ ਪੜ੍ਹਾਈ ਦਾ ਪੱਧਰ ਹੁੰਦਾ ਸੀ ਅਤੇ ਅੱਜ ਦੀ ਪੜ੍ਹਾਈ ਦੇ ਪੱਧਰ ਦੀ ਆਪਾਂ ਗੱਲ ਕਰ ਲਈ, ਇਹਦੇ 'ਚ ਹੋ ਸਕਦਾ ਕਿਸੇ ਦੇ ਦਿਮਾਗ 'ਚ ਇਹ ਆਵੇ ਵੀ ਯਾਰ ਜਦੋਂ ਸਾਰੇ ਬੰਦੇ ਨਹੀਂ ਗ੍ਰੈਜੂਏਟ ਲੱਭੇ ਜਾ ਸਕਦੇ ਜੀ, ਕਿਉਂਕਿ ਜੋ ਆਪਾਂ ਰਿਜ਼ਰਵੇਸ਼ਨ ਵਾਲੇ ਪਾਸੇ ਲੈ ਕੇ ਚੱਲਦੇ ਹਾਂ ਚੀਜ਼ ਨੂੰ, ਮੈਂ ਨਾ ਸਗੋਂ ਵਧੀਆ ਗੱਲ ਆ। ਤੁਸੀਂ ਦੇਖੋ ਵੀ ਜੇ ਮੰਨ ਲਓ ਰਿਜ਼ਰਵੇਸ਼ਨ ਦੀ ਵੀ ਆਪਾਂ ਗੱਲ ਕਰ ਲਈ ਵੀ ਜੇ ਇੱਕ ਪਿੰਡ 'ਚ ਰਾਖਵਾਂ ਕਰਨਾ ਜੀ ਵੀ ਔਰਤਾਂ ਲਈ ਆ, ਚੰਗੀ ਗੱਲ ਆ, ਤੁਸੀਂ ਪੜ੍ਹੀ ਲਿਖੀ ਬੀਬੀ ਲੱਭੋ, ਹਾਂ ਸਭ ਤੋਂ ਵੱਧ ਪੜ੍ਹੀ ਲਿਖੀ ਲੱਭ ਲਓ। ਆਹੋ, ਜੇ ਤੁਹਾਨੂੰ ਲੱਗਦਾ ਕਿ ਵੀ ਯਾਰ ਇਹਦੇ 'ਚ ਕੋਈ ਹੋਰ ਭਾਈਚਾਰਾ ਜਿਹੜਾ ਹੈ ਉਸ ਭਾਈਚਾਰੇ ਦੇ ਦਾ ਕੋਈ ਸਰਪੰਚ ਬਣਾਉਣਾ, ਵਧੀਆ ਹੋਊਗਾ ਵੀ ਉਹਦੇ 'ਚੋਂ ਪੜ੍ਹਿਆ ਲਿਖਿਆ ਲੱਭ ਲਓ, ਬਜਾਏ ਇਹਦੇ ਕਿ ਵੀ ਅਗਲਾ ਬੰਦਾ ਤੁਸੀਂ ਅੰਗੂਠਾ ਛਾਪ ਲੱਭ ਲਓ, ਉਹ ਜਿਹੜੀ ਕੋਈ ਧਿਰ ਵਾਲਿਆਂ ਨੇ ਬਣਾਇਆ ਹੋਵੇ ਉਹ ਉਹਨਾਂ ਦੇ ਹੱਥਾਂ 'ਚ ਖੇਡੇ, ਉਹਨੂੰ ਵਿਚਾਰੇ ਨੂੰ ਕਾਗਜ਼ ਪੜ੍ਹਨਾ ਨਹੀਂ ਆਉਂਦਾ, ਅਗਲੇ ਜੋ ਪੜ੍ਹ ਕੇ ਕਹਿਣਗੇ ਵੀ ਲੈ ਵੀ ਫਲਾਨਾ ਹੈ ਇੱਥੇ ਲਾ ਦੇ ਤੂੰ ਮੋਹਰ ਅਤੇ ਆਪਣਾ ਕੰਮ ਆ ਹੋ ਗਿਆ, ਉਹਦੇ ਨਾਲੋਂ ਚੰਗਾ ਨਹੀਂ ਵੀ ਅਗਲੇ ਨੂੰ ਪੜ੍ਹਿਆ ਲਿਖੋ ਆਖੋ ਵੀ ਵੀਰ ਇੱਦਾਂ ਨਹੀਂ, ਮੈਨੂੰ ਪਤਾ ਮੈਂ ਮੋਹਰ ਲਾਉਣੀ ਕਿ ਨਹੀਂ ਲਾਉਣੀ। ਆਪਾਂ ਸਿਰਫ ਇਸ ਕਰਕੇ ਗੱਲ ਕਰ ਰਹੇ ਵੀ ਜੇ ਇਹ ਸੋਸ਼ਲ ਮੀਡੀਆ 'ਤੇ ਚਰਚਾ ਹੈ, ਹੋ ਸਕਦਾ ਵੀ ਇਹ ਸੋਸ਼ਲ ਮੀਡੀਆ 'ਤੇ ਚਰਚਾ ਕਿਤੇ ਇੱਧਰੋਂ ਉੱਧਰੋਂ ਲੋਕਾਂ 'ਚੋਂ ਆਈ ਹੋਵੇ ਜੀ, ਜਾਂ ਕੋਈ ਸਰਕਾਰੀ ਹਲਕਿਆਂ 'ਚੋਂ ਆਈ ਹੋਵੇ, ਜਾਂ ਕਿਤੇ ਇੱਦਾਂ ਦੀ ਕੋਈ ਨੀਤੀ ਕਿਤੇ ਰਿੱਝ ਦੀ ਪੱਕਦੀ ਹੋਵੇ ਉਹਦੇ 'ਚੋਂ ਨਿਕਲੀ ਹੋਵੇ, ਪਰ ਗੱਲ ਇਹ ਆ ਵੀ ਜਿੱਥੋਂ ਵੀ ਨਿਕਲੀ ਆ ਮੈਨੂੰ ਜਾਪਦਾ ਵੀ ਹੈ ਚੰਗੀ। ਨਹੀਂ ਬਿਲਕੁਲ ਸੰਧਾਲੀਆ ਸਾਹਿਬ, ਅਸੀਂ ਇਹ ਵੀ ਬੇਨਤੀ ਕਰਦੇ ਹਾਂ ਜੇ ਕਿਸੇ ਖਾਸ ਭਾਈਚਾਰੇ ਨੂੰ ਇੱਥੇ ਇਤਰਾਜ਼ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਦੇ ਵਿੱਚੋਂ ਨਹੀਂ। ਦੇਖੋ ਜਿਹੜੇ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ ਉਹਦੇ ਬਾਬਤ ਕਈ ਵਾਰੀ ਇੱਦਾਂ ਵੀ ਹੁੰਦਾ, ਮੰਨ ਲਓ ਮੈਨੂੰ ਸਰਪੰਚ ਤੁਸੀਂ ਬਣਾ ਤਾ ਅਤੇ ਤੁਹਾਡੇ ਵਰਗਾ ਬੰਦਾ ਵਧਾ ਕਰਦਾ ਹੁੰਦਾ, ਮੰਨ ਲਓ ਕਿਤੇ ਵਿਆਹ 'ਚ ਬੈਠੇ 10 ਜਣੇ, ਉਹ ਆਪਾਂ ਹੀ ਬਣਾਇਆ ਉਹਨੂੰ, ਮੋਹਰ ਆਪਣੀ ਜੇਬ 'ਚ ਹੀ ਹੁੰਦੀ ਹੈ, ਆਪਣੇ ਤੋਂ ਨਹੀਂ ਲਾਂਭੇ ਜਾਂਦਾ, ਕੋਈ ਆ ਜਾਵੇ ਉਹਦੇ ਘਰੇ ਪਹਿਲਾਂ ਆਪਾਂ ਨੂੰ ਟੈਲੀਫੋਨ ਕਰਕੇ ਬਾਠ ਪੁੱਛੂਗਾ ਕਿ ਭਾਈ ਇਹਦਾ ਕੰਮ ਕਰਨਾ ਕਿ ਨਹੀਂ ਕਰਨਾ, ਤਰੀਕ ਬਾਠ ਨੇ ਭੁਗਤਣੀ ਮੁੜ ਕੇ। ਜਦੋਂ 5 ਸਾਲ ਬਾਅਦ ਸਰਪੰਚੀ ਚਲੇ ਜਾਣੀ ਹੈ, ਜੇ ਕੋਈ ਕੰਮ ਅੱਗੇ ਪਿੱਛੇ ਹੋ ਗਿਆ, ਮੋਹਰ ਅੱਗੇ ਪਿੱਛੇ ਲੱਗ ਗਈ, ਤਰੀਕ ਸੰਧਿਆ ਵਾਲੀਆਂ ਨੇ ਭੁਗਤਣੀ, ਤਰੀਕਾਂ ਬਾਠ ਭੁਗਤੂਗਾ, ਫਿਰ ਹਾਈਕੋਰਟ ਤੱਕ ਅਗਲੇ ਚੰਡੀਗੜ੍ਹ ਤੱਕ ਘੜੀਸਦੇ ਹੁੰਦੇ ਆ ਤੇ ਬੰਦਾ ਮੇਰੇ ਵਰਗਾ ਮਿੰਨਤਾਂ ਕਰਦਾ ਹੁੰਦਾ ਭਾਜੀ ਉਹ ਤਾਂ ਉਹ ਕਰਦੇ, ਉਹ ਕਹਿੰਦੇ ਮੋਹਰ ਤੇਰੀ ਲੱਗੀ ਹੈ, ਦੂਜੀ ਗੱਲ ਸਰਪੰਚ ਤੂੰ ਆ, ਸਰਪੰਚ ਤੂੰ ਆ, ਇਸੇ ਬਹਾਨੇ ਸਾਰੇ ਆਪਾਂ ਪੜ੍ਹਨ ਲੱਗ ਜਾਂਗੇ, ਕੋਈ ਨਾ ਕੋਈ ਗ੍ਰੈਜੂਏਸ਼ਨ ਕਰ ਜੂਗਾ, ਕੋਈ ਮਾਸਟਰ ਡਿਗਰੀ ਕਰ ਜੂਗਾ, ਵਧੀਆ ਹੋ ਜੂਗਾ ਕੰਮ। ਬਾਕੀ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਕਰਦਾ ਹੈ, ਪਰ ਜਿਹੜੇ ਬਾਹਰਲੇ ਬੰਦੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਅਜੇ ਐਲਾਨ ਕੋਈ ਨਹੀਂ ਹੋਇਆ, ਪਰ ਅੰਦਾਜ਼ਾ ਕਿ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਪੰਚੀ ਅਤੇ ਸਰਪੰਚੀ ਦੀਆਂ ਚੋਣਾਂ ਹੋ ਸਕਦੀਆਂ,
ਕਿਉਂਕਿ ਹੁਣ ਰਾਜਪਾਲ ਸਾਹਿਬ ਨੇ ਦਸਤਖਤ ਕਰ ਦਿੱਤੇ ਆ, ਚੋਣ ਨਿਸ਼ਾਨ ਆ ਗਏ ਆ ਕਿ ਭਾਈ ਇਹਨਾਂ 'ਚੋਂ ਰੱਖੇ ਜਾ ਸਕਦੇ ਆ। ਹੁਣ ਐਲਾਨ ਹੀ ਹੋਣਾ ਹੈ ਅਤੇ ਜਦੋਂ ਐਲਾਨ ਹੋ ਗਿਆ ਤਾਂ ਫਿਰ ਤੁਸੀਂ 15 ਅਕਤੂਬਰ ਤੋਂ 15 ਨਵੰਬਰ ਦੇ ਵਿਚਾਲੇ ਟਿਕਟਾਂ ਟੁਕਟਾਂ ਤੁਸੀਂ ਉਸ ਹਿਸਾਬ ਨਾਲ ਆਪਣੀਆਂ ਸਹੀ ਕਰਾ ਲਓ। ਹਾਂ, ਦੋ ਪੜਾਵਾਂ ਦੇ ਵਿੱਚ ਵੋਟਾਂ ਪੈ ਸਕਦੀਆਂ, ਪੰਚੀ ਸਰਪੰਚੀ ਵੱਖਰੀ ਅਤੇ ਦੂਸਰੇ ਪਾਸੇ ਪੰਚੀ ਸਰਪੰਚੀ ਤੋਂ ਇਲਾਵਾ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਲਈ ਵੋਟਾਂ ਹੋ ਸਕਦਾ ਵੱਖਰੀਆਂ ਪੈਣ। ਸੋ ਕੁੱਲ ਮਿਲਾ ਕੇ ਇਹ ਹੋ ਗਿਆ ਜੀ ਵੀ ਐਤਕੀ ਜਿਹੜੀਆਂ ਵੋਟਾਂ ਪੈਣੀਆਂ ਉਹਦੇ ਵਿੱਚ ਜੇ BA ਪਾਸ ਹਜੇ ਸਰਪੰਚਾਂ ਦੀ ਗੱਲ ਨਾਵੇਂ ਚੱਲੀ ਅਤੇ ਇੰਨਾ ਕੁ ਹੈ ਵੀ ਜੇ ਚਰਚਾ ਚੱਲ ਪਈ ਤਾਂ ਕੁਛ ਪਤਾ ਨਹੀਂ ਕੱਲ੍ਹ ਨੂੰ ਕਿਹਦੇ ਦਿਮਾਗ 'ਚ ਆ ਜਾਏ ਜੇ ਐਤਕੀ ਇੱਕ ਚੇਂਜ ਹੋ ਸਕਦੀ ਆ, ਅਗਲੀ ਰਾਂ ਦੂਜੀ ਚੇਂਜ ਕਰ ਦਿੰਦੇ ਫਿਰ ਆਪਾਂ ਨੂੰ BA ਪਾਸ ਸਰਪੰਚ ਮਿਲਿਆ ਕਰਨ। ਬਾਕੀ ਚਲੋ ਆਸ ਕਰਦੇ ਹਾਂ। ਇਸੀ ਇੱਕ ਬੇਨਤੀ ਇੱਥੇ ਜ਼ਰੂਰ ਕਰਦੀ ਹੈ, ਹੋ ਸਕਦਾ ਕੁਝ ਸੱਜਣ ਟਿੱਪਣੀਆਂ ਲਿਖਣ ਕਿ ਜੇ ਕਿਸੇ ਨੇ MP MLA ਬਣਨਾ ਉਹਨਾਂ ਲਈ ਪੜ੍ਹਾਈ ਕੋਈ ਨਹੀਂ, ਸਰਪੰਚਾਂ ਲਈ ਤੁਸੀਂ ਪੜ੍ਹਾਈ ਕਹੀ ਜਾਂਦੇ ਹੋ। ਆਪਾਂ ਤਾਂ ਆਪਣੇ ਲਈ ਕਹਿੰਦੇ ਨਾ, ਆਪਣੇ ਪਿੰਡਾਂ ਲਈ ਕਹਿੰਦੇ। ਹਾਂ, ਉਹਦੇ ਵੱਲੋਂ ਤਾਂ ਭਾਵੇਂ ਜਦੋਂ ਮਰਜ਼ੀ ਲਾ ਲਓ, ਕੋਈ ਫਰਕ ਨਹੀਂ ਪੈਂਦਾ। ਅੱਛਾ, ਦੂਜੀ ਗੱਲ ਆਪਾਂ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਕਰੀਏ। ਹੁਣ ਰਵਨੀਤ ਬਿੱਟੂ ਹੋਰਾਂ ਨੇ ਪਹਿਲਾਂ ਤਾਂ ਕੁਛ ਕਹਿ ਦਿੱਤਾ ਸੀ ਜੀ, ਉਸ ਤੋਂ ਬਾਅਦ ਹੁਣ ਉਹਨਾਂ ਨੇ, ਕਿਉਂਕਿ ਜਦੋਂ ਵਿਰੋਧ ਹੋਇਆ ਸਾਰ ਚਾਰੇ ਪਾਸੇ ਅਤੇ ਉਹਦਾ ਇੱਕ ਸਫਾਈ ਟਾਈਪ ਬਿਆਨ ਵੀ ਦਿੱਤਾ, ਉਹਦੇ ਵਿੱਚ ਵੀ ਲਗਭਗ ਉਹਨਾਂ ਨੇ ਆਪਣੇ ਪਹਿਲੇ ਬਿਆਨ ਨੂੰ ਜਸਟੀਫਾਈ ਕੀਤਾ ਵੀ ਮੈਂ ਜੋ ਕਿਹਾ ਸੀ ਮੈਂ ਬਿਲਕੁਲ ਠੀਕ ਕਿਹਾ, ਵੀ ਰਾਹੁਲ ਗਾਂਧੀ ਸਾਹਿਬ ਨੇ ਭੜਕਾਇਆ ਜੀ, ਜਦੋਂ ਕਿਸੇ ਨੂੰ ਤੁਸੀਂ ਭੜਕਾਉਂਦੇ ਹੋ ਦੇਸ਼ ਦੇ ਖਿਲਾਫ਼ ਤਾਂ ਉਹ ਵੀ ਤਾਂ ਇੱਕ ਤਰ੍ਹਾਂ ਦਾ ਅੱਤਵਾਦ ਹੀ ਹੈ ਜੀ। ਹੁਣ ਕਹਿਣ ਤੋਂ ਭਾਵ ਇਹ ਵੀ ਜਿਹੜੇ ਟਰੈਕ 'ਤੇ ਇੱਕ ਤਰ੍ਹਾਂ ਬਿੱਟੂ ਸਾਹਿਬ ਨਿਕਲ ਜਾਂਦੇ ਆ, ਮੈਂ ਵੈਸੇ ਘੱਟ ਹੀ ਵੇਖਿਆ ਵੀ ਉਹ ਮੁੜ ਕੇ ਮੋੜਾ ਕੱਟਣ, ਇਸ 'ਤੇ ਵੀ ਮੈਨੂੰ ਆਸ ਘੱਟ ਸੀ, ਪਰ ਆ ਜਦੋਂ ਉਹਨਾਂ ਨੇ ਕਲੀਅਰ ਹੀ ਕਰਤਾ ਕੰਮ ਵੀ ਮੈਂ ਹੁਣ ਇੱਧਰ ਹੀ ਹਾਂ, ਉਹਦੇ ਤੋਂ ਬਾਅਦ ਦੂਸਰੇ ਪਾਸੇ ਕਾਂਗਰਸ ਦੇ ਲੀਡਰ ਵਾਹਵਾ ਮਤਲਬ ਗੁੱਸੇ 'ਚ ਨੇ ਸੰਧਾਲੇ ਸਭ। ਉਹਨਾਂ ਨੇ ਤਾਂ ਬਿੱਟੂ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਮੈਂ ਤਾਂ ਪਾਰਲੀਮੈਂਟ 'ਚ ਵੀ ਕਹਿ ਦੂੰ, ਹਾਂ ਉਹਨਾਂ ਨੇ ਤਾਂ ਕਲੀਅਰ ਕਰਤਾ ਕਿ ਮੈਂ ਆਪਣੇ ਬਿਆਨ ਦੇ ਉੱਤੇ ਕਾਇਮ ਹਾਂ ਅਤੇ ਮੈਂ ਠੀਕ ਆਖਿਆ। ਤੁਸੀਂ ਦੇਖੋ ਕਿ ਬਿੱਟੂ ਸਾਹਿਬ ਨੇ ਇੱਧਰੋਂ ਇਹ ਗੱਲ ਕੀਤੀ ਆ ਅਤੇ ਉੱਧਰੋਂ ਵੜਿੰਗ ਸਾਹਿਬ ਅਤੇ ਬਾਜਵਾ ਸਾਹਿਬ ਦੋਏ ਪਏ ਟੁੱਟ ਕੇ, ਮੂਹਰੋਂ ਬਿੱਟੂ ਸਾਹਿਬ ਵੀ ਪਏ, ਉਹ ਵੀ ਗੱਲ ਦੱਸਦੇ ਆ। ਵੜਿੰਗ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਦੇਖੋ ਇਹ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਸ ਲੀਡਰ ਨੇ ਤੁਹਾਨੂੰ 3 ਵਾਰੀ MP ਬਣਾਇਆ ਤੁਸੀਂ ਉਹਦੇ ਬਾਬਤ ਆਹ ਗੱਲਾਂ ਕਰੋ। ਉਹ ਇੱਥੋਂ ਤਾਂ ਕਹਿੰਦੇ ਬੱਚਾ ਸੀ ਰਵਨੀਤ ਬਿੱਟੂ, ਫਿਰ ਵੀ ਟਿਕਟ ਦੇ ਕੇ 3 ਵਾਰ MP ਬਣਾਇਆ, ਇਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੇ ਗੁਰਕੀਰਤ ਸਿੰਘ ਕੋਟਲੀ ਦਾ ਨਾਂ ਲਿਆ ਕਿ ਉਹ ਵੱਧ ਸੁਲਝੇ ਬੰਦੇ ਸੀ ਇਹਨਾਂ ਤੋਂ। ਚਲੋ ਇਹ ਤਾਂ ਹੁਣ ਫੈਸਲਾ ਲੈਣ ਵਾਲੇ ਦੀ ਗੱਲ ਸੀ ਨਾ ਕਿ ਉਹਨਾਂ ਨੇ ਕਿਹਨੂੰ ਟਿਕਟ ਦੇਣੀ ਆ ਕਿਹਨੂੰ ਨਹੀਂ ਦੇਣੀ। ਬਾਕੀ ਇਹ 3 ਵਾਰੀ ਜਿੱਤੇ ਆ ਭਾਈ, ਤਾਂ ਪਾਰਟੀ ਜਦੋਂ ਪਾਰਟੀ ਦੇ ਸਾਰੇ 450 ਬੰਦਾ ਹਾਰ ਗਿਆ ਸੀ ਬਿੱਟੂ ਸਾਹਿਬ ਉਦੋਂ ਵੀ ਜਿੱਤੇ। ਹਾਂ, ਵੜਿੰਗ ਸਾਹਿਬ ਨੇ ਠੋਕ ਵਜਾ ਕੇ ਕਿਹਾ, ਉਹ ਕਹਿੰਦੇ ਕਿ ਗੱਲ ਗਲਤ ਹੈ ਅਤੇ ਮੈਨੂੰ ਲੱਗਦਾ ਕਿ ਬਿਮਾਰ ਹੋ ਚੁੱਕਿਆ। ਫਿਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਆ ਗਿਆ, ਉਹ ਕਹਿੰਦੇ ਦਿਮਾਗੀ ਤਵਾਜ਼ਨ ਵਿਗੜ ਗਿਆ, ਅਸੀਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕਹਿੰਦੇ ਕਿ ਜਿਹੜਾ ਬੰਦਾ ਤੁਸੀਂ ਮੰਤਰੀ ਬਣਾਇਆ ਉਹਦਾ ਇਲਾਜ ਕਰਾਓ। ਅਤੇ ਜਦੋਂ ਬਿੱਟੂ ਸਾਹਿਬ ਨੇ ਪੁੱਛਿਆ ਗਿਆ ਉਹਨਾਂ ਨੂੰ ਕਿ ਭਾਈ ਤੁਹਾਡੇ ਬਾਰੇ ਤਾਂ ਬਾਜਵਾ ਸਾਹਿਬ ਅਤੇ ਵੜਿੰਗ ਸਾਹਿਬ ਆ ਕਹਿੰਦੇ, ਉਹ ਕਹਿੰਦੇ ਮੈਨੂੰ ਲੱਗਦਾ ਇਹ ਦੋਏ ਬਿਮਾਰ ਨੇ ਅਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦਿੱਲੀ ਆ ਜਾਓ, ਮੈਂ ਮੋਦੀ ਸਾਹਿਬ ਨੂੰ ਕਹਿ ਕੇ ਵਧੀਆ ਹਸਪਤਾਲ 'ਚ ਵੀ ਤੁਹਾਡਾ ਇਲਾਜ ਕਰਾਉਣਾ। ਹੁਣ ਇੱਕ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਨੇ ਜਿਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਬਿੱਟੂ ਸਾਹਿਬ, ਦੂਸਰੇ ਮੈਂਬਰ ਪਾਰਲੀਮੈਂਟ ਨੇ, ਤੀਸਰੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਪੰਜਾਬ ਦੀਆਂ ਸਮੱਸਿਆਵਾਂ ਬਹੁਤ ਨੇ ਅਤੇ ਸਾਨੂੰ ਨਹੀਂ ਸੀ ਆਸ ਕਿ ਭਾਈ ਇਹ ਗੱਲਾਂ ਬਾਤਾਂ ਇੱਧਰਲੇ ਪਾਸੇ ਨੂੰ ਜਾਣਗੀਆਂ, ਅਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਇਹਨਾਂ ਗੱਲਾਂ 'ਚ ਰੱਖਿਆ ਕੱਖ ਨਹੀਂ, ਬਹੁਤੇ ਸਵਾਦ ਨਾ ਲਈਏ, ਇਹਨਾਂ ਨੂੰ ਮੁੱਦਿਆਂ 'ਤੇ ਲਿਆਈਏ। ਦੇਖੋ ਇੱਕ ਗੱਲ ਆ, ਇਹ ਸਾਰੇ ਕੁਛ ਦੇ ਵਿੱਚ ਬਿਆ, ਦੇਖੋ ਇੱਕ ਪਾਸੇ 'ਚ ਬਿਆਨ ਆਇਆ, ਇੱਕ ਹੋਰ MP ਗੁਰਜੀਤ ਔਜਲਾ ਸਾਹਿਬ ਨੇ ਤਾਂ ਇਹੋ ਕਿਹਾ ਜੀ, ਉਹ ਕਹਿੰਦੇ ਵੀ ਉਂਗਲ ਫੜ ਕੇ ਜਿਹੜੇ ਬੰਦੇ ਨੇ ਸਿਆਸਤ 'ਚ ਲਿਆਂਦਾ ਉਸ ਬੰਦੇ ਬਾਰੇ ਆਪਾਂ ਜਾ ਆਹ ਬੋਲੀ ਸ਼ੋਭਾ ਨਹੀਂ ਦਿੰਦਾ, ਠੀਕ ਆ ਪਾਰਟੀ ਬਦਲ ਲਈ ਤੁਸੀਂ ਵੱਖਰੀ ਗੱਲ ਹੈ। ਪਰ ਮੈਨੂੰ ਇਹ ਲੱਗਦਾ ਕਿ ਵੀ ਬਿੱਟੂ ਸਾਹਿਬ ਨੂੰ ਇਹ ਸਾਰਾ ਕੁਛ ਸ਼ਾਇਦ ਇਸ ਕਰਕੇ ਵੀ ਕਰਨਾ ਪੈ ਰਿਹਾ ਕਿਉਂਕਿ ਆਪਾਂ ਇਸ ਤੋਂ ਪਹਿਲਾਂ ਦੇਖਿਆ ਕਿ BJP 'ਚ ਜਿੰਨੇ ਵੀ ਲੀਡਰ ਸਾਹਿਬਾਨ ਖਾਸ ਕਰਕੇ ਕਾਂਗਰਸ 'ਚੋਂ ਗਏ ਉਹਨਾਂ ਨੂੰ ਉੱਥੇ ਐਡਜਸਟ ਹੋਣ 'ਚ ਪ੍ਰੋਬਲਮ ਆ ਰਹੀ। ਠੀਕ ਹੈ, ਹੁਣ ਜੇ ਆਪਾਂ ਬਿੱਟੂ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਤਾਂ ਐਡਜਸਟਮੈਂਟ ਹੀ ਬਹੁਤ ਹੀ ਕਲੀਅਰ ਹੋ ਗਈ ਨਾ ਵੀ ਮੰਤਰੀ ਪਦ ਵੀ ਮਿਲ ਗਿਆ, ਇੰਨੀ ਛੇਤੀ ਕੋਈ ਐਡਜਸਟ ਹੁੰਦਾ ਹੀ ਨਹੀਂ, ਇੰਨੀ ਛੇਤੀ ਹੁੰਦਾ ਨਹੀਂ। ਹੁਣ ਉਹ ਮੰਤਰੀ ਪਦ ਮਿਲਣ ਤੋਂ ਬਾਅਦ ਇੱਕ ਗੱਲ ਤਾਂ ਕਲੀਅਰ ਹੈ ਵੀ ਆਪਾਂ ਜੇ ਕੱਲ੍ਹ ਗੱਲ ਕਰਦੇ ਸੀ ਵੀ BJP ਦੇ ਵਿੱਚ ਵੀ ਸਭ ਅੱਛਾ ਨਹੀਂ, ਕਈ ਪਾਸਿਓਂ ਵਿਰੋਧੀ ਸੁਰਾਂ ਉੱਠਦੀਆਂ ਨੇ
ਇਹ ਤਾਂ ਹੋ ਨਹੀਂ ਸਕਦਾ ਵੀ ਬਿੱਟੂ ਸਾਹਿਬ ਦੇ ਖਿਲਾਫ਼ ਨਾ ਉੱਡਦੀਆਂ, ਬਾਹਰ ਨਹੀਂ ਆਉਂਦੀਆਂ, ਅੰਦਰ ਅੰਦਰ ਹੋਣਗੀਆਂ। ਹੁਣ ਜੇ ਮੰਨ ਲਓ ਜਿੱਥੇ ਬੂਟਾ ਲਾਇਆ ਉਹਦੀ ਜੜ ਬਣੀ ਰਹੇ, ਇਹਦੇ ਲਈ ਕਿਤੇ ਨਾ ਕਿਤੇ ਤਾਂ ਫਿਰ ਸ਼ੋਅ ਕਰਨਾ ਹੀ ਪਊਗਾ ਨਾ ਵੀ ਨਾ ਨਾ ਜਿੱਧਰੋਂ ਮੈਂ ਆਇਆ ਮੈਂ ਉਹਨਾਂ ਦੇ ਖਿਲਾਫ਼ ਇੱਥੋਂ ਤੱਕ ਵੀ ਬੋਲ ਸਕਦਾ। ਹੋ ਸਕਦਾ ਵੀ ਕੁਛ ਇਹੋ ਜਿਹੀ ਰਣਨੀਤੀ ਦੇ ਤਹਿਤ ਬਿੱਟੂ ਸਾਹਿਬ ਨੇ ਬੋਲਿਆ ਹੋਵੇ ਵੀ ਚਲੋ ਘੱਟੋ ਘੱਟ ਅਗਲਿਆਂ ਨੂੰ ਲੱਗੂਗਾ ਵੀ ਚੱਲ ਬਾਕੀ ਗੱਲਾਂ ਦੀਆਂ ਗੱਲਾਂ ਯਾਰ ਬੰਦਾ ਇਸ ਲੈਵਲ ਤੱਕ ਬਿਆਨ ਤਾਂ ਦੇ ਰਿਹਾ। ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਹੋਰ ਵੀ ਲੀਡਰ ਨੇ, ਕਈ ਜਮ੍ਹਾਂ ਚੁੱਪ ਰਹੇ, ਕਈਆਂ ਨੇ ਜੇ ਗੱਲ ਕੀਤੀ ਵੀ ਇਸ ਮੁੱਦੇ ਦੇ ਉੱਤੇ ਬੜੀ ਸੰਕੋਚ ਵੀ ਕੀਤੀ ਆ, ਥੋੜ੍ਹੇ ਜਿਹੇ ਬੰਦੇ ਹੀ ਆ ਬਿੱਟੂ ਸਾਹਿਬ ਵਾਂਗੂ ਜਿਹੜਾ ਇੰਨਾ ਤਿੱਖਾ ਬੋਲਿਆ। ਹਾਂ ਪਰ ਚਲੋ ਇਹਦੇ 'ਚ ਉਹਨਾਂ ਨੂੰ ਵਾਧਾ ਘਾਟਾ ਕੀ ਹੈ ਤਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਪ੍ਰੋਗਰਾਮ ਨੂੰ ਆਪਾਂ ਹੁਣ ਇੱਥੇ ਸਮਾਪਤ ਕਰਦੇ ਹਾਂ। ਫੀਡਬੈਕ ਤੁਸੀਂ ਆਪਣੀ ਭੇਜਦੇ ਰਹਿੰਦੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ। ਹੁਣ ਤੋਂ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।